ਆਹ ਬਲੇ ਹੋ ਤੁਮ ਕਥਾ ਸੁਦਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਤਿਹ ਥਲੇ ਕਿਸ ਹੂੰ ਦਸ਼ਟ ਨੇ ਨੌਰੰਗ ਕੋ ਸਮਝਾਏ ਬੁੱਤ ਪੂਜਨ ਕੀ ਅਦਕਤਾ ਚੈਪੁਰ ਮਹਿ ਬਹੁਤ ਥਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਅਤਿਅੰਤ ਬੜ ਭਾਗੇ ਹੋ ਗੁਰੂ ਕੇ ਪਵਿੱਤਰ ਪਾਵਨ ਚਰਨਾਂ ਚ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ ਤੇ ਗੁਰੂ ਕੀ ਪਵਿੱਤਰ ਗੁਰਬਾਣੀ ਦੇ ਪਾਠ ਕੀਰਤਨ ਬੜੇ ਪ੍ਰੇਮ ਨਾਲ ਸਰਵਣ ਕੀਤੇ ਹਨ ਆਓ ਹੁਣ ਗੁਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰੀਏ ਜਦੋਂ ਔਰੰਗਜ਼ੇਬ ਨੇ ਮਥਰਾ ਦੇ ਵਿੱਚ ਜਾ ਕੇ ਮੰਦਿਰਾਂ ਢਾਹ ਦਿੱਤੇ ਹਨ ਬੜੀ ਤਬਾਹੀ ਮਚਾਈ ਹੈ ਜੇ ਕਿਸੇ ਹਿੰਦੂ ਨੇ ਧਰਮ ਦੇ ਵਿਰੋਧ ਵਿੱਚ ਬਈ ਇਹ ਪਾਪ ਹੋ ਰਿਹਾ ਹੈ ਨਾ ਕਰੋ ਇਸ ਤਰ੍ਹਾਂ ਦੀ ਆਵਾਜ਼ ਉਠਾਈ ਤਾਂ ਉਸ ਨੂੰ ਫੜ ਕੇ ਕਤਲ ਕਰ ਦਿੱਤਾ ਮੰਦਰਾਂ ਵਿੱਚੋਂ ਮੂਰਤੀਆਂ ਕੱਢ ਕੱਢ ਕੇ ਗਲੀਆਂ ਬਜ਼ਾਰਾਂ 'ਚ ਸੁੱਟ ਦਿੱਤੀਆਂ ਔਰ ਮੰਦਰ ਤੋੜ ਦਿੱਤੇ ਹਜ਼ਾਰਾਂ ਲੋਕ ਕਤਲ ਕਰ ਦਿੱਤੇ ਮਥਰਾ ਦੇ ਵਿੱਚ ਜੋ ਮਥਰਾ ਸ਼ਹਿਰ ਹੈ ਇਹ ਬੜਾ ਪੁਰਾਣਾ ਕ੍ਰਿਸ਼ਨ ਜੀ ਦੀ ਜਨਮ ਭੂਮੀ ਹੈ ਇਸ ਕਰਕੇ ਹਿੰਦੂਆਂ ਦੀਆਂ ਸੱਤ ਪੁਰੀਆਂ ਵਿੱਚੋਂ ਮਥਰਾ ਵੀ ਇੱਕ ਵਿਸ਼ੇਸ਼ ਮਹਾਨ ਧਰਮ ਕੇਂਦਰ ਹੈ ਇਸ ਧਰਮ ਕੇਂਦਰ ਦਾ ਜੋ ਨੁਕਸਾਨ ਹੋਇਆ ਆਪਾਂ ਪਿੱਛੇ ਸਰਵਣ ਕਰ ਚੁੱਕੇ ਹਾਂ ਇਸ ਤੋਂ ਅਗਲੀ ਕਥਾ ਪ੍ਰੇਮ ਨਾਲ ਸਰਵਣ ਕਰੀਏ ਮਥਰਾ ਵਿੱਚੀ ਔਰੰਗਜੇਬ ਨੂੰ ਕਿਸੇ ਦੁਸ਼ਟ ਨੇ ਕਿਹਾ ਹੈ ਕਿ ਜੈਪੁਰ ਦੇ ਵਿੱਚ ਬੜੇ ਮੰਦਰ ਹਨ ਉਹ ਵੀ ਢਾਣੇ ਚਾਹੀਦੇ ਮਥਰਾ ਦੇ ਮੰਦਰ ਢਾਕੇ ਹੁਣ ਜੈਪੁਰ ਦੇ ਮੰਦਰਾਂ ਵੱਲ ਮੂੰਹ ਕੀਤਾ ਹੈ ਉਹ ਸੁਣੋ ਪਿਆਰ ਨਾਲ ਕਥਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਹ ਹਥਾਲੇ ਕਸਹੁ ਦੁਸ਼ਟ ਨੇ ਕਿਸੇ ਪਾਪੀ ਨੇ ਕਿਸੇ ਦੁਸ਼ਟ ਬੰਦੇ ਨੇ ਨੌਰੰਗ ਕੋ ਸਮਝਾਏ ਔਰੰਗ ਜੇਬ ਨੂੰ ਸਮਝਾਇਆ ਆਖਿਆ ਹੈ ਬੁੱਤ ਪੂਜਨ ਕੀ ਅਦਕਤਾ ਨੌਰੰਗੇ ਨੂੰ ਦੱਸਿਆ ਗਿਆ ਹੈ ਕਿ ਬਹੁਤ ਜ਼ਿਆਦਾ ਬੁੱਤਾਂ ਦੀ ਪੂਜਾ ਹੁੰਦੀ ਹੈ ਜੈਪੁਰ ਮਹ ਬਹੁthਾਇ ਰਾਜਾ ਜੈ ਸਿੰਘ ਦੀ ਨਗਰੀ ਜੈਪੁਰ ਦੇ ਵਿੱਚ ਬੁੱਤਾਂ ਨੂੰ ਬਹੁਤ ਮੰਨਦੇ ਨੇ ਬੁੱਤਾਂ ਦੇ ਬੜੇ ਮੰਦਰ ਪੂਜਾ ਸਥਾਨ ਬਣੇ ਹੋਏ ਨੇ ਜਿੱਥੇ ਹਿੰਦੂ ਲੋਕ ਮੂਰਤੀਆਂ ਦੀ ਪੂਜਾ ਕਰਦੇ ਹਨ ਚੌਪਈ ਤਹਜ ਸਿੰਘ ਸਵਾਈ ਰਾਜਾ ਉੱਥੇ ਰਾਜਾ ਜੈ ਸਿੰਘ ਸਵਾਈ ਰਾਜ ਕਰਦਾ ਹੈ ਰੇ ਬਹੁਤ ਹਿੰਦਵਨ ਕੇ ਕਾਜਾ ਉਹ ਹਿੰਦੂਆਂ ਦੇ ਬੜੇ ਕੰਮ ਸਵਾਰਦਾ ਹੈ ਹਿੰਦੂਆਂ ਦਾ ਬੜਾ ਮਦਦਗਾਰ ਹੈ ਵੱਡੇ ਵੱਡੇ ਮੰਦਰ ਬਣਵਾਏ ਉਹਨੇ ਬੜੇ ਬੜੇ ਵਧੀਆ ਆਲੀਸ਼ਾਨ ਸੁੰਦਰ ਮੰਦਰ ਹਿੰਦੂਆਂ ਦੇ ਪੂਜਾ ਵਾਸਤੇ ਬਣਵਾਏ ਹੋਏ ਹਨ ਜੈਪੁਰ ਸ਼ਹਿਰ ਵਿੱਚ ਕੰਚਨ ਕਲਸ ਮਹਾਛਬ ਛਾਏ ਔਰ ਸੋਨੇ ਦੇ ਉੱਤੇ ਕਲਸ ਲੱਗੇ ਹੋਏ ਹਨ ਬੜੇ ਆਲੀਸ਼ਾਨ ਵਧੀਆ ਮੰਦਰ ਹਨ ਜੈਪੁਰ ਦੇ ਵਿੱਚ ਜਿਨਾਂ ਹਬੇ ਲੋਕਾਂ ਤੇ ਸ਼ਰਧਾ ਜਾਗੈ ਜਿਨਾਂ ਮੰਦਰਾਂ ਨੂੰ ਵੇਖ ਕੇ ਜੈਪੁਰ ਦੇ ਮੰਦਰਾਂ ਨੂੰ ਵੇਖ ਕੇ ਮਨ 'ਚ ਸ਼ਰਧਾ ਜਾਗ ਪੈਂਦੀ ਹੈ ਕਿਉਂਕਿ ਧਰਮ ਸਥਾਨ ਜੇ ਸੁੰਦਰ ਬਣਿਆ ਹੋਵੇ ਵੇਖਣ ਵਾਲੇ ਦਾ ਮਨ ਕੁਦਰਤੀ ਮੋਇਆ ਜਾਂਦਾ ਹੈ ਹਰ ਇੱਕ ਧਰਮ ਦੇ ਬੰਦੇ ਆਪਣੇ ਧਰਮ ਸਥਾਨ ਨੂੰ ਸੋਹਣਾ ਬਣਾ ਕੇ ਰੱਖਣਾ ਚਾਹੁੰਦੇ ਹੁੰਦਾ ਵੀ ਹੈ ਤੇ ਹੋਣਾ ਵੀ ਚਾਹੀਦਾ ਹੈ ਅੱਜ ਕੱਲ ਸਾਡੇ ਵਿੱਚ ਕੁਝ ਇਹੋ ਜਿਹੇ ਵੇੜੀ ਬੁੱਧੀ ਵਾਲੇ ਬੰਦੇ ਪੈਦਾ ਹੋ ਗਏ ਨੇ ਜਿਹੜੇ ਕਹਿੰਦੇ ਆ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਿਹਰ ਮੰਦਰ ਸਾਹਿਬ ਤੇ ਸੌਨਾ ਲਾ ਕੇ ਮਾੜਾ ਕੰਮ ਕੀਤਾ ਹੈ ਸਾਧ ਸੰਗਤ ਜੀ ਆਪ ਤਾਂ ਕੁਝ ਕਰਨ ਜੋਗੇ ਨਹੀਂ ਜੇ ਕੋਈ ਚੰਗਾ ਕਰ ਦੇਵੇ ਤੇ ਉਹਨੂੰ ਵੇਖ ਕੇ ਰਾਜ਼ੀ ਕੋਈ ਨਹੀਂ ਆਪ ਤਾਂ ਆਪਨਾ ਦੇਹ ਚਰੂ ਭਰ ਪਾਣੀ ਤੇ ਨਿੰਦ ਦੇ ਜੇ ਗੰਗਾ ਯਾਨੀ ਆਪ ਕਿਸੇ ਨੂੰ ਘੁੱਟ ਪਾਣੀ ਨਹੀਂ ਪਿਆ ਸਕਦੇ ਜੇ ਕੋਈ ਗੰਗਾ ਚਲਾਵੇ ਤੇ ਉਹਨੂੰ ਕਹਿੰਦੇ ਆ ਵੀ ਇਹ ਇਹਨੇ ਕਿਉਂ ਚਲਾਈ ਹੈ ਚੰਗਾ ਕੰਮ ਕਰਨਾ ਨਹੀਂ ਦੂਜੇ ਨੂੰ ਕਰਨ ਨਹੀਂ ਦੇਣਾ ਧਰਮ ਸਥਾਨਾਂ ਦੀ ਸੁੰਦਰਤਾ ਮਨ ਨੂੰ ਪ੍ਰਭਾਵਿਤ ਕਰਦੀ ਹੈ ਇਸੇ ਕਰਕੇ ਪੁਰਾਣੇ ਜ਼ਮਾਨੇ 'ਚ ਰਾਜਿਆਂ ਮਹਾਰਾਜਿਆਂ ਨੇ ਬੜਿਆ आलीशान ਸੁੰਦਰ ਮੰਦਰ ਬਣਵਾਏ ਸਨ ਮਹਾਰਾਜਾ ਰਣਜੀਤ ਸਿੰਘ ਜੀ ਦੀ ਸ਼ਰਧਾ ਸੀ ਵੀ ਸਾਡੇ ਸਤਿਗੁਰਾਂ ਦਾ ਦਰਬਾਰ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੁਨੀਆਂ ਤੋਂ ਨਿਰਾਰਾ ਹੈ ਡਿਠੇ ਸਭੇ ਥਾਮ ਨਹੀਂ ਤੁਧ ਜਿਹਿਆ ਬਧੋ ਪੁਰਖ ਵਿਦਾਤੇ ਤਾਂ ਤੂੰ ਸੋਹਿਆ ਇਹਦੀ ਵੀ ਸੋਭਾ ਬਹੁਤ ਹੋਣੀ ਚਾਹੀਦੀ ਸੋ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਸੋਨੇ ਦੀ ਸੰਗੇ ਮਰਮਰ ਦੀ ਸੇਵਾ ਕੀਤੀ ਹੈ ਸਾਰੇ ਧਰਮ ਦੇ ਲੋਕ ਆਪਣੇ ਜਿਹੜੇ ਸ਼ਰਧਾ ਰੱਖਦੇ ਉਹ ਕਰਦੇ ਨੇ ਰਾਜਾ ਜੈ ਸਿੰਘ ਨੇ ਜੈਪੁਰ ਦੇ ਵਿੱਚ ਬੜਿਆ ਆਲੀਸ਼ਾਨ ਸੁੰਦਰ ਮੰਦਿਰ ਬਣਵਾਏ ਸਨ ਵੱਖਰੇ ਵੱਖਰੇ ਕੋਈ ਗਣੇਸ਼ ਦਾ ਕੋਈ ਸ਼ਿਵ ਜੀ ਦਾ ਕੋਈ ਰਾਮਚੰਦਰ ਜੀ ਦਾ ਕੋਈ ਕ੍ਰਿਸ਼ਨ ਜੀ ਦਾ ਕੋਈ ਵਿਸ਼ਨੂ ਜੀ ਦਾ ਵੱਖਰੇ ਵੱਖਰੇ ਦੇਵੀ ਦੇਵਤਿਆਂ ਦੇ ਮੰਦਿਰ ਹੁੰਦੇ ਹਿੰਦੂ ਧਰਮ 'ਚ ਇਸ ਤਰ੍ਹਾਂ ਦੀ માનਤਾ ਹੈ ਸੋ ਉਹ ਸਾਉ ਆਪਦੇ ਨਾਲ ਮੰਦਿਰ ਬਣਵਾਏ ਸੋਨੇ ਦੇ ਕਲਸ਼ ਉੱਤੇ ਲੱਗੇ ਹੋਏ ਔਰ ਆਲੇ ਦੁਆਲੇ ਸੰਗੇ ਮਰਮਰ ਲੱਗਾ ਹੋਇਆ ਪੱਥਰ ਲੱਗਾ ਹੋਇਆ ਵੇਖ ਕੇ ਮਨ ਚ ਸ਼ਰਧਾ ਜਾਗਦੀ ਸੀ ਮੂਟਨ ਕੇ ਪੀ ਮਨ ਅਨੁਰਾਗ ਹੈ ਕਹਿੰਦੇ ਜੇ ਕੋਈ ਮੂਰਖ ਬੰਦਾ ਵੀ ਮੋਟੀ ਬੁੱਧੀ ਵਾਲਾ ਵੀ ਉਹਨਾਂ ਮੰਦਰਾਂ ਦੇ ਵਿੱਚ ਚਲਾ ਜਾਵੇ ਤੇ ਉਹਦੇ ਮਨ ਚ ਵੀ ਪ੍ਰੇਮਾ ਭਗਤੀ ਜਾਗ ਪੈਂਦੀ ਹੈ ਮੰਦਰਾਂ ਦੇ ਦਰਸ਼ਨ ਕਰਕੇ ਬਹੁਤ ਜੀਵਕਾ ਤਨੋ ਬਣਾਈ ਤੇ ਦੁਸ਼ਟ ਬੰਦੇ ਨੇ ਔਰੰਗਜ਼ੇਬ ਦੇ ਕੰਨਾਂ 'ਚ ਫੂਕ ਮਾਰੀ ਹੈ ਕਿ ਬਾਦਸ਼ਾਹ ਸਲਾਮਤ ਤੁਸੀਂ ਮਥਰਾ ਦੇ ਮੰਦਰ ਤਾਂ ਟਾ ਦਿੱਤੇ ਨੇ ਤੇ ਜੈਪੁਰ ਦੇ ਮੰਦਰਾਂ ਨੂੰ ਕੌਣ ਟਾਏਗਾ ਉਹ ਵੀ ਢਾਣੇ ਚਾਹੀਦੇ ਨੇ ਉੱਥੇ ਹਿੰਦੂਆਂ ਨੇ ਆਪਣੀ ਰੋਜੀ ਰੋਟੀ ਦਾ ਸਾਧਨ ਪੰਡਤਾਂ ਨੇ ਬਣਾਇਆ ਹੋਇਆ ਹੈ ਮੰਦਰਾਂ 'ਚ ਪੂਜਾ ਕਰਦੇ ਨੇ ਔਰ ਉਹਦੀ ਜਿੰਨੀ ਮਾਇਆ ਹੁੰਦੀ ਹੈ ਪੁਚੜਾਵਾ ਚੜਦਾ ਹੈ ਆਰਾਮ ਨਾਲ ਬਹਿ ਕੇ ਖਾਂਦੇ ਹਨ ਜੇਬਤ ਪੂਜਤ ਹੈ ਚਿਤਲਾਈ ਜਿਹੜੇ ਬੁੱਤਾਂ ਨੂੰ ਪੂਜਣ ਵਾਲੇ ਹਨ ਉਹ ਬੁੱਤਾਂ ਦੀ ਪੂਜਾ ਕਰੀ ਜਾਂਦੇ ਨੇ ਤੇ ਜਿਹੜੇ ਚੜਾਵਾ ਚੜਾਉਣ ਵਾਲੇ ਨੇ ਉਹ ਚੜਾਵਾ ਚੜਾਈ ਜਾਂਦੇ ਨੇ ਪ੍ਰਚਰਸ ਪ੍ਰਤਮਾ ਚਤੁਰਚਤੇਰੇ ਕਹਿੰਦੇ ਬੜੀਆਂ ਸੁੰਦਰ ਸੋਹਣੀਆਂ ਸੋਹਣੀਆਂ ਮੂਰਤੀਆਂ ਪੱਥਰਾਂ ਦੀਆਂ ਘੜ ਕੇ ਕੋਈ ਮੂਰਤੀ ਸ਼੍ਰੀ ਕ੍ਰਿਸ਼ਨ ਜੀ ਦੀ ਕੋਈ ਰਾਮਚੰਦਰ ਜੀ ਦੀ ਕੋਈ ਹਨੂਮਾਨ ਜੀ ਦੀ ਕੋਈ ਗਣੇਸ਼ ਜੀ ਦੀ ਕੋਈ ਦੇਵੀ ਮਾਤਾ ਦੀ ਵੱਖਰੇ ਵੱਖਰੇ ਮੰਦਰਾਂ 'ਚ ਟਿਕਾਈਆਂ ਹੋਈਆਂ ਨੇ ਰਚੀ ਚਾਪ ਚਿਤ ਰਚ ਰਖਨੇਰੇ ਔਰ ਬੜੇ ਉਚਾਹ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਹਿੰਦੂਆਂ ਨੇ ਉੱਥੇ ਇਹ ਮੂਰਤੀ ਪੂਜਾ ਦਾ ਪਖੰਡ ਰਚਿਆ ਹੋਇਆ ਹੈ ਵੰਚਨ ਅਲੰਕਾਰ ਕਰਵਾਏ ਸੋਨੇ ਦੇ ਗਹਿਣੇ ਬਣਾ ਬਣਾ ਕੇ ਮੂਰਤੀਆਂ ਦੇ ਗਲ ਪਾਏ ਹੋਏ ਨੇ ਮੁਕਤਾ ਝਾਲਰ ਦਰ ਦਰਕਾਏ ਮੋਤੀਆਂ ਦੀਆਂ ਝਾਲਰਾਂ ਸੁੱਚੇ ਮੋਤੀਆਂ ਦੀਆਂ ਦਰਵਾਜ਼ਿਆਂ ਤੇ ਲਟਕਦੀਆਂ ਨੇ ਯਾਨੀ ਮੰਦਰਾਂ ਤੇ ਕਰੋੜਾਂ ਰੁਪਈਆ ਖਰਚਿਆ ਹੋਇਆ ਹਿੰਦੂਆਂ ਨੇ ਚਾਰ ਚਕੋਨ ਚੌਕੀਆਂ ਰਚੀ ਚਾਰ ਚਾਰ ਸੁੰਦਰ ਸੋਹਣੀਆਂ ਚਾਰ ਕੋਨਿਆਂ ਵਾਲੀਆਂ ਚੰਦਨ ਦੀਆਂ ਚੌਕੀਆਂ ਬਣਾਈਆਂ ਹੋਈਆਂ ਨੇ ਉਹਨਾਂ ਚੌਕੀਆਂ ਦੇ ਉੱਤੇ ਠਾਕੁਰਾਂ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਨੇ ਸ਼ਬਦ ਜਰਾਓ ਖਚਨ ਤੇ ਖਚੀ ਕਹਿੰਦੇ ਜਿਨ੍ਹਾਂ ਦੇ ਵਿੱਚ ਬੜੇ ਰਤਨ ਜਵਾਹਰਾਤ ਹੀਰੇ ਮੋਤੀ ਖਚਤ ਕੀਤੇ ਹੋਏ ਜੜੇ ਹੋਏ ਨੇ ਯਾਨੀ ਜਿੰਨਾ ਖਜ਼ਾਨਾ ਰਾਜਿਆਂ ਮਹਾਰਾਜਿਆਂ ਕੋਲ ਹੁੰਦਾ ਹੈ ਉਹਨਾਂ ਖਜ਼ਾਨਿਆਂ ਤੇ ਉਹਨਾਂ ਮੰਦਰਾਂ ਵਿੱਚ ਹੀ ਪਿਆ ਹੈ ਚੌਰ ਚਮਕ ਜਨ ਚਕਨੇ ਚੀਨਸ ਆਹ ਸੋਹਣੇ ਸੋਹਣੇ ਸੁੰਦਰ ਸੁੰਦਰ ਮਹਿੰਗੇ ਮਹਿੰਗੇ ਚੌਰ ਮੂਰਤੀਆਂ ਦੇ ਉੱਤੇ ਚੁਲਾਂਦੇ ਹਨ ਬੜੇ ਕੀਮਤੀ ਸੋਨੇ ਦੇ ਮੁਠੇ ਵਾਲੇ ਚੌਰ ਹਨ ਸਾਧ ਸੰਗਤ ਜੀ ਆਪਾਂ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਚੌਰ ਕਰਦੇ ਹਾਂ ਸਾਡੇ ਵਿੱਚ ਵੀ ਇੱਕ ਇਹੋ ਜਿਹਾ ਟੋਲਾ ਜੰਮ ਪਿਆ ਹੈ ਉਹ ਕਹਿੰਦੇ ਨੇ ਇਹ ਵੀ ਮੂਰਤੀ ਪੂਜਾ ਕਹਿੰਦੇ ਚੋਰ ਤੇ ਬ੍ਰਾਹਮਣ ਕਰਦੇ ਨੇ ਹੁਣ ਜੇ ਬ੍ਰਾਹਮਣ ਚੋਰ ਕਰਦੇ ਨੇ ਅਸੀਂ ਨਾ ਕਰੀਏ ਕੱਲ ਨੂੰ ਕਹਿਣਗੇ ਬ੍ਰਾਹਮਣ ਮੂੰਹ ਨਾਲ ਰੋਟੀ ਖਾਂਦੇ ਨੇ ਤੇ ਆਪਾਂ ਮੂੰਹ ਨਾਲ ਰੋਟੀ ਨਾ ਖਾਈਏ ਬ੍ਰਾਹਮਣ ਨੱਕ ਨਾਲ ਸਾਹ ਲੈਂਦੇ ਨੇ ਆਪਾਂ ਨਾ ਲਈਏ ਪਤਾ ਨਹੀਂ ਕੀ ਹੋ ਗਿਆ ਹਰ ਗੱਲ ਨੂੰ ਅਸੀਂ ਪੁੱਠੇ ਪਾਸਿਓਂ ਦੇਖਦੇ ਹਾਂ ਵਿਚਾਰੇ ਵਿਵੇਕ ਸਮਝ ਸੋਝੀ ਗਿਆਨ ਸਾਨੂੰ ਰਿਹਾ ਨਹੀਂ ਜਿਹੜੀਆਂ ਗੱਲਾਂ ਉਹਨਾਂ ਦੇ ਘਰ ਨੂੰ ਕਰਦੇ ਕਰੀ ਜਾਣ ਪਰ ਸਾਨੂੰ ਵੀ ਤਾਂ ਕੁਝ ਗੁਰੂ ਸਾਹਿਬ ਜੀ ਨੇ ਮਤ ਦਿੱਤੀ ਹੈ ਜਿਵੇਂ ਬਾਣੀ ਵਿੱਚ ਵੀ ਤੇ ਰਹਿਤ ਨਾਮਿਆਂ ਵਿੱਚ ਵੀ ਸਾਰੀ ਹਦਾਇਤਾਂ ਕੀਤੀਆਂ ਹੋਈਆਂ ਨੇ ਆਪਾਂ ਉਹਦੇ ਮੁਤਾਬਕ ਚੱਲਣਾ ਹੈ ਕੋਈ ਕੀ ਕਰਦਾ ਹੈ ਕੀ ਨਹੀਂ ਕਰਦਾ ਹੁਣ ਜੇ ਮੁਸਲਮਾਨ ਮਸਜਿਦ 'ਚ ਸਿਰ ਢੱਕ ਕੇ ਜਾਂਦੇ ਆ ਤੇ ਕਹਿੰਦੇ ਸਿੱਖ ਕਿਉਂ ਢੱਕ ਕੇ ਜਾਂਦੇ ਅਸੀਂ ਨੰਗੇ ਸਿਰ ਜਾਈਏ ਨਹੀਂ ਜਿਹੜੀ ਸਾਨੂੰ ਗੁਰੂ ਸਾਹਿਬ ਨੇ ਦਸਤਾਰ ਜਾਂ ਚੁੰਨੀ ਦਿੱਤੀ ਹੈ ਅਸੀਂ ਸੀਸ ਤੇ ਲੈ ਕੇ ਰੱਖਣੀ ਹੈ ਚੰਗਾ ਤਾਂ ਇਹ ਹੈ ਵੀ ਅਸੀਂ ਕਿਤੇ ਵੀ ਸਿਰ ਨੰਗੇ ਗੁਰੂ ਦਾ ਸਿੱਖ ਦਾ ਕਿਤੇ ਵੀ ਨੰਗੇ ਸਿਰ ਜਾ ਨਹੀਂ ਸਕਦਾ ਬਾਜ਼ਾਰ ਵਿੱਚ ਜੇ ਕੋਈ ਸਿੰਘ ਪੁਰਾਣੇ ਜ਼ਮਾਨੇ 'ਚ ਹੁਣ ਤੱਕ ਵੀ ਮਰਜ਼ਾਦਾ ਸੀ ਵੀ ਜੇ ਕੋਈ ਬੱਚਾ ਕਿਸੇ ਇਸ਼ਨਾਨ ਕਰਕੇ ਤੇ ਕੇਸ ਖਲਾਰ ਕੇ ਬਾਹਰ ਜਾਵੇ ਤੇ ਬਜ਼ੁਰਗ ਫੜ ਲੈਂਦੇ ਸੀ ਕਹਿੰਦੇ ਕੇਸਾਂ ਦੀ ਬੇਦਬੀ ਹੁੰਦੀ ਨੰਗੇ ਸਿਰ ਇਦਾਂ ਨਹੀਂ ਫਰੀਦਾ ਬਹਿ ਕੇ ਕੇਸ ਹਾਰੇ ਕਰ ਬਾਜ਼ਾਰਾਂ 'ਚ ਥੋੜਾ ਫਿਰਨਾ ਗੁਰੂ ਦੀ ਮੋਹਰ ਲੈ ਕੇ ਬੀਬੀਆਂ ਭੈਣਾਂ ਸਿਰ ਤੇ ਚੁੰਨੀ ਲਾਏ ਤੋਂ ਬਿਨਾ ਬਾਜ਼ਾਰ 'ਚ ਨਹੀਂ ਸੀ ਨਿਕਲਦੀਆਂ ਆ ਪਿਛਲੇ ਦਸਾਂ ਵੀਹਾਂ ਸਾਲਾਂ 'ਚ ਐਸੀ ਹਵਾ ਵਗੀ ਹੈ ਗੁਰਦੁਆਰੇ ਤੋਂ ਬਾਅਦ 'ਚ ਨਿਕਲਦੀਆਂ ਨੇ ਚੁੰਨੀ ਪਹਿਲਾਂ ਗਲ 'ਚ ਪਾ ਲੈਂਦੀਆਂ ਨੰਗੇ ਸਿਰ ਕਿਤੇ ਵੀ ਨਹੀਂ ਜਾਣਾ ਗੁਰੂ ਸਾਹਿਬ ਦਾ ਹੁਕਮ ਹੈ ਨਾ ਨੰਗੇ ਸਿਰ ਪ੍ਰਸ਼ਾਦਾ ਛਕੇ ਨਾ ਨੰਗੇ ਸਿਰ ਸੋਵੇਂ ਨਾ ਨੰਗੇ ਸਿਰ ਕੋਈ ਕਿਰਿਆ ਕਰੇ ਸੋ ਇਹ ਚੀਜ਼ਾਂ ਪਾਈ ਗੁਰੂ ਦੀਆਂ ਨੇ ਕਿਸੇ ਦੂਜੇ ਕੌਮ ਵਿੱਚ ਕੋਈ ਕਰਦਾ ਹੋਵੇ ਤੇ ਸਾਨੂੰ ਉਹਨਾਂ ਨਾਲ ਕਿਉਂ ਤਕਲੀਫ ਹੈ ਜੇ ਮੁਸਲਮਾਨ ਸਿਰ ਢੱਕ ਕੇ ਜਾਂਦੇ ਚੰਗੀ ਗੱਲ ਹੈ ਉਹ ਵੀ ਜਾਣ ਜੇ ਹਿੰਦੂ ਚੌਰ ਕਰਦੇ ਨੇ ਤੇ ਅਸੀਂ ਆਪਣੇ ਗੁਰੂ ਨੂੰ ਚੌਰ ਕਰੀਏ ਤਾਂ ਸਾਨੂੰ ਕੀ ਉਹਨਾਂ ਨਾਲ ਲੜਾਈ ਝਗੜਾ ਕਰਨ ਦੀ ਲੋੜ ਹੈ ਉਹ ਕਰਦੇ ਕਰੀ ਜਾਣ ਅਸੀਂ ਤਾਂ ਆਪਣੇ ਗੁਰੂ ਦੇ ਹੁਕਮ ਅਨੁਸਾਰ ਕਰ ਰਹੇ ਹਾਂ ਸੋ ਬੜੇ ਬੜੇ ਸੁੰਦਰ ਚੌਰ ਬਣਾਏ ਹੋਏ ਨੇ ਤੇ ਉਹ ਮੂਰਤੀਆਂ ਦੇ ਉੱਤੇ ਕਰਦੇ ਹਨ ਹਿੰਦੂ ਲੋਕ ਟੌਰਤ ਚੌਰਤ ਬਜਨੋਲੀਨਸ ਤੇ ਕਹਿੰਦੇ ਬੜੇ ਬੜੇ ਸੋਹਣੇ ਪੱਖੇ ਬਣਾ ਕੇ ਮੂਰਤੀਆਂ ਨੂੰ ਝੱਲਦੇ ਨੇ ਹਵਾ ਪਾਉਂਦੇ ਨੇ ਦਿਨਪ੍ਰਤ ਨਏ ਕਰਤ ਉਤਸਾਹ ਤੇ ਮੰਦਰਾਂ ਦੇ ਵਿੱਚ ਬੜੇ ਉਤਸ਼ਾਹ ਕਰਦੇ ਨੇ ਕਦੀ ਦੀਵਾਲੀ ਮਨਾਉਂਦੇ ਨੇ ਕਦੀ ਵਿਸਾਖੀ ਮਨਾਉਂਦੇ ਨੇ ਕਦੀ ਮੰਦਰਾਂ ਦੇ ਵਿੱਚ ਜਨਮ ਅਸ਼ਟਮੀ ਮਨਾਉਂਦੇ ਨੇ ਕਦੀ RAM NAVAMI ਮਨਾਉਂਦੇ ਨੇ ਕਦੀ DURGA ਦਾ ਦਿਹਾੜਾ ਮਨਾਉਂਦੇ ਨੇ ਕਦੀ BRAHMA ਦਾ ਕਦੀ VISHNU ਦਾ ਕਦੀ GANEESH ਦਾ ਕਦੀ HANUMAN ਦਾ ਇਹ ਦਿਹਾੜੇ ਮਨਾ ਕੇ ਤੇ ਮੰਦਰਾਂ 'ਚ ਬੜੇ ਮੇਲੇ ਲਾਉਂਦੇ ਨੇ ਹਿੰਦੂ ਲੋਕ ਬਾਦਤ ਬਜਹ ਅਦਕ ਤੁਨ ਜਾਹੂ ਬੜੇ ਬੜੇ ਨਗਾਰੇ ਰੱਖੇ ਨੇ ਮੰਦਰਾਂ ਵਿੱਚ ਉੱਚੇ ਉੱਚੇ ਉਹ ਨਗਾਰੇ ਵਜਾਉਂਦੇ ਨੇ ਰਣ ਸਿੰਘੇ ਵਜਾਉਂਦੇ ਨੇ ਸ਼ੰਖ ਵਜਾਉਂਦੇ ਨੇ ਟੱਲੀਆਂ ਵਜਾਉਂਦੇ ਨੇ ਘੰਟੇ ਵਜਾਉਂਦੇ ਨੇ ਦੁੰਦ ਬਸਾਂਖਾਂ ਚਾਂਚ ਜਨਕੰਤੇ ਕਹਿੰਦੇ ਸੰਖ ਵੱਜਦੇ ਨੇ ਝਾਂਜਨਾ ਵੱਜਦੀਆਂ ਨੇ ਜਿਨ੍ਹਾਂ ਨੂੰ ਝਾਂਜ ਕਹਿੰਦੇ ਨੇ ਤੇ ਰਣ ਸਿੰਘੇ ਵੱਜਾਂਦੇ ਨੇ ਤੇ ਬਹੁਤ ਪ੍ਰਕਾਰ ਦੇ ਦੁੰਦ ਬੇ ਛੋਟੇ ਵੱਡੇ ਨਗਾਰੇ ਵੱਜਾਂਦੇ ਨੇ ਮਿਲ ਕਬ ਜੈ ਜੈ ਸ਼ਬਦ ਉਠੰਤੇ ਕਦੀ ਇਕੱਠੇ ਹੋ ਕੇ ਜੈ ਦੇਵਾ ਜੈ ਦੇਵਾ ਜੈ ਦੇਵਾ ਕੋਈ ਰਾਮਚੰਦਰ ਦੀ ਜੈ ਬੋਲਦਾ ਕੋਈ ਕ੍ਰਿਸ਼ਨ ਭਗਵਾਨ ਦੀ ਜੈ ਬੋਲਦਾ ਕੋਈ ਗਣੇਸ਼ ਦੀ ਜੈ ਬੋਲਦਾ ਕੋਈ ਹਨੂਮਾਨ ਦੀ ਜੈ ਬੋਲਦਾ ਹੈ ਅਗੇ ਨਿਮਰੀ ਬਹੁ ਹੋਵੇ اے ਬਾਦਸ਼ਾਹ ਸਲਾਮਤ ਇਹ ਬੁੱਤ ਪੂਜ ਹਿੰਦੂ ਮੂਰਤੀਆਂ ਨੂੰ ਪੱਥਰਾਂ ਨੂੰ ਹੀ ਮੱਥੇ ਟੇਕੀ ਜਾਂਦੇ ਨੇ ਹੱਥਨ ਜੋ ਰਹਾ ਸਮੁਖ ਖਰੋਵ ਹੈ ਹੱਥ ਜੋੜ ਕੇ ਮੰਦਿਰ ਚ ਖੜੇ ਹੋ ਜਾਂਦੇ ਨੇ ਜੈ ਸਿੰਘ ਆਪ ਜਾਏ ਧਨ ਦੇਵੇ ਤੇ ਰਾਜਾ ਜੈ ਸਿੰਘ ਜੈਪੁਰ ਦਾ ਰਾਜਾ ਉਹਨਾਂ ਪੰਡਤਾਂ ਨੂੰ ਆਪ ਜਾ ਕੇ ਪੈਸਾ ਦਿੰਦਾ ਹੈ ਲੱਖਾਂ ਰੁਪਈਆ ਚੜ੍ਹਾਉਂਦਾ ਮੰਦਰਾਂ ਦੇ ਵਿੱਚ ਰਾਜੇ ਜੈ ਸਿੰਘ ਨੇ ਉਹਨਾਂ ਮੰਦਰਾਂ ਦੀ ਪੂਜਾ ਆਪ ਕਰਕੇ ਲੋਕਾਂ ਦੇ ਵਿੱਚ ਅੰਧ ਵਿਸ਼ਵਾਸ ਹੋਰ ਜ਼ਿਆਦਾ ਪੱਕਾ ਕਰ ਦਿੱਤਾ ਹੈ ਭਏ ਤਨੀ ਜੋ ਪੂਜਾ લેਵਾ ਤੇ ਜਿਹੜੇ ਉੱਥੋਂ ਦੇ ਪੁਜਾਰੀ ਨੇ ਉਹ ਲੱਖਾਂਪਤੀ ਕਰੋੜਾਂਪਤੀ ਬਣੇ ਹੋਏ ਨੇ ਪੁਜਾਰੀਆਂ ਕੋਲ ਬੜਾ ਪੈਸਾ ਹੈ ਮੰਦਰਾਂ ਵਿੱਚ ਬੜੀ ਬਹੁਤ ਜ਼ਿਆਦਾ ਹੀ ਸੋਨਾ ਚਾਂਦੀ ਦੀ ਕੋਥੇ ਖੇਪ ਹੈ ਜਿਹੜੀ ਮੰਦਰਾਂ 'ਚ ਸਾਂਭੀ ਬੈਠੇ ਨੇ ਪੁਜਾਰੀ ਇਹ ਤਾਂ ਪੂਜਨ ਪਾਠ ਪੁਰਾਣਾ ਕਹਿੰਦੇ ਪੋਥੇ ਤੀਰਥਾਂ ਦੀ ਪੂਜਾ ਕਰਨੀ ਵੇਦਾਂ ਸ਼ਾਸਤਰਾਂ ਪੁਰਾਣਾ ਦੀ ਕਥਾ ਕਰਨੀ ਪੰਡਤ ਲੋਕ ਜਿਹੜੇ ਨੇ ਉਹ ਲੋਕਾਂ ਨੂੰ ਪੁਰਾਣਾ ਦੀ ਕਥਾ ਸੁਣਾ ਸੁਣਾ ਕੇ ਪੁਰਾਣੇ ਰਾਜਿਆਂ ਮਹਾਰਾਜਿਆਂ ਦੀਆਂ ਕਥਾਵਾਂ ਕਹਾਣੀਆਂ ਸੁਣਾ ਸੁਣਾ ਕੇ ਆਪਣੇ ਧਰਮ ਨੂੰ ਹੋਰ ਪੱਕਾ ਕਰੀ ਜਾਂਦੇ ਨੇ ਇਹ ਹਿੰਦੂਆਂ ਨੂੰ ਥੰਮ ਬਮਹਾਨਾ ਇਹ ਜਿਹੜਾ ਜੈਪੁਰ ਦਾ ਰਾਜ ਹੈ ਹਿੰਦੂਆਂ ਦਾ ਬੜਾ ਵੱਡਾ ਥੰਮ ਹੈ اے ਬਾਦਸ਼ਾਹ ਜੈਪੁਰ ਦੇ ਹਿੰਦੂ ਰਾਜਪੂਤ ਜਿਹੜੇ ਹਨ ਇਹ ਹਿੰਦੂ ਧਰਮ ਦੇ ਵਿੱਚ ਇੱਕ ਬੜਾ ਵੱਡਾ ਹਿੰਦੂ ਧਰਮ ਦਾ ਸਹਾਰਾ ਹਨ ਲੱਖਾਂ ਕਰੋੜਾਂ ਲੋਕ ਜੈਪੁਰ ਦੇ ਵਿੱਚ ਮੂਰਤੀਆਂ ਦੀ ਪੂਜਾ ਕਰਦੇ ਹਨ ਇਨ ਕੋ ਜਗ ਤੇ ਕਰੋ ਬਿਨਾਸ਼ اے ਬਾਦਸ਼ਾਹ ਸਲਾਮਤ ਇਨਾਂ ਨੂੰ ਦੁਨੀਆ ਤੋਂ ਖਤਮ ਕਰ ਦਿਓ ਇਹ ਮੂਰਤੀਆਂ ਢਾ ਦਿਓ ਮੰਦਰ ਢਾ ਦਿਓ ਤੇ ਹਿੰਦੂਆਂ ਨੂੰ ਮਾਰ ਦਿਓ ਜਾਂ ਹਿੰਦੂਆਂ ਨੂੰ ਜਦੋਂ ਮੁਸਲਮਾਨ ਬਣਾ ਲੋਂਗੇ ਹਿੰਦੂ ਧਰਮ ਖਤਮ ਹੋ ਜਾਵੇਗਾ ਹੋਏ ਸੁਖੇਨ ਪੁਨ ਤੁਰਕ ਪ੍ਰਕਾਸ਼ اے ਬਾਦਸ਼ਾਹ ਔਰੰਗਜ਼ੇਬ ਇਸਲਾਮ ਦਾ ਜੇ ਤੁਸੀਂ ਪ੍ਰਚਾਰ ਕਰਨਾ ਚਾਹੁੰਦੇ ਹੋ ਜਿਵੇਂ ਤੁਸੀਂ ਮਥਰਾ ਨੂੰ ਤਬਾਹ ਕੀਤਾ ਹੈ ਲਾਗੇ ਬੰਨਈ ਐ ਥੋਂ 100 200 ਮੀਲ ਦੀ ਦੂਰੀ ਤੇ ਜੈਪੁਰ ਉਹਨੂੰ ਵੀ ਤਬਾਹ ਕਰ ਦਿਓ 헤ਰ 헤ਰ ਧੀਰਜ ਨਹਿ ਰਹਾ ਕਹਿੰਦੇ ਉਹਨਾਂ ਦੇ ਮੰਦਰਾਂ ਨੂੰ ਜਦੋਂ ਢਾਉਂਗੇ ਨਾ ਮੰਦਰਾਂ ਦੀ ਦੁਰਦਸ਼ਾ ਹੋਵੇਗੀ ਮੂਰਤੀਆਂ ਚੁੱਕ ਚੁੱਕ ਕੇ ਗਲੀਆਂ ਬਾਜ਼ਾਰਾਂ 'ਚ ਸੋਟੋਗੇ ਤੇ ਉਹਨਾਂ ਦੀ ਸ਼ਰਧਾ ਟੁੱਟ ਜਾਏਗੀ ਆ ਸਾਧ ਸੰਗਤ ਜੀ ਜਿਹੜੇ ਪਿਛਲੇ 5-7 ਸਾਲਾਂ ਵਿੱਚ ਪਾਪ ਹੋਇਆ ਨਾ ਹਿੰਦੁਸਤਾਨ ਦੀ ਧਰਤੀ ਤੇ ਸਰਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਬੇਅਦਬੀਆਂ ਦੀ ਘਟਨਾਵਾਂ ਹੋਈਆਂ ਨੇ ਇਹ ਉਹਨਾਂ ਪਾਪੀ ਲੋਕਾਂ ਨੇ ਕਰਵਾਈਆਂ ਨੇ ਜਿਹੜੇ ਚਾਹੁੰਦੇ ਆ ਵੀ ਸਿੱਖਾਂ ਦੇ ਮਨ 'ਚ ਗੁਰੂ ਗ੍ਰੰਥ ਸਾਹਿਬ ਪ੍ਰਤੀ ਵਿਸ਼ਵਾਸ ਨਾ ਰਹੇ ਪਰ ਉਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਲ ਦਾ ਪਾੜ ਸਕਦੇ ਨੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਾਗਜ਼ ਪਾੜ ਸਕਦੇ ਨੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਿਆਈ ਸਾੜ ਸਕਦੇ ਨੇ ਪਰ ਗੁਰੂ ਗ੍ਰੰਥ ਸਾਹਿਬ ਦੀ ਆਤਮਾ ਸ਼ਬਦ ਨੂੰ ਨਹੀਂ ਸਾੜ ਸਕਦੇ ਸ਼ਬਦ ਨਾਮ ਪਾੜਿਆ ਜਾ ਸਕਦਾ ਨਾ ਸ਼ਬਦ ਸਾੜਿਆ ਜਾ ਸਕਦਾ ਨਾ ਸ਼ਬਦ ਨੂੰ ਕਿਸੇ ਤਰ੍ਹਾਂ ਖਤਮ ਕੀਤਾ ਜਾ ਸਕਦਾ ਇਹ ਤਾਂ ਅਟਲ ਹੈ ਅਬਿਨਾਸੀ ਹੈ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਕਰਦੇ ਉਹ ਤਾਂ ਨੇ ਵੀ ਜਿਹੜੇ ਭੋਲੇ ਭਾਲੇ ਲੋਕ ਮੱਥਾ ਟੇਕਣ ਤੱਕ ਹੀ ਬੈਠੇ ਨੇ ਸ਼ਬਦ ਨੂੰ ਨਹੀਂ ਪੜਦੇ ਉਹਨਾਂ ਦੀ ਸ਼ਰਧਾ ਟੁੱਟ ਜਾਵੇ ਪਰ ਇਹ ਉਹਨਾਂ ਦਾ ਪੁਲੇਖਾ ਹੀ ਹੈ ਸ਼ਰਧਾ ਇਦਾਂ ਥੋੜਾ ਟੁੱਟਦੀ ਹੈ ਕਿੰਨਾ ਕੁਝ ਕਰਕੇ ਵੇਖ ਲਿਆ ਨਹੀਂ ਟੁੱਟੀ ਗੁਰੂ ਕੇ ਸਿੱਖਾਂ ਦੀ ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਅਟੁੱਟ ਰਹੀ ਹੈ ਤੇ ਰਹੇਗੀ ਸੋ ਹਿੰਦੂਆਂ ਦੀ ਸ਼ਰਧਾ ਤੋੜਨ ਲਈ ਕਾਜ਼ੀਆਂ ਮੁਲਾਣਿਆਂ ਨੇ ਬਾਦਸ਼ਾਹ ਔਰੰਗੇ ਨੂੰ ਇਹ ਸਲਾਹ ਦਿੱਤੀ ਹੈ اے ਬਾਦਸ਼ਾਹ ਜਦੋਂ ਤੁਸੀਂ ਮੂਰਤੀਆਂ ਤੋੜ ਤੋੜ ਕੇ ਗਲੀਆਂ 'ਚ ਸਟਾਓਗੇ ਤੇ ਮੰਦਰਾਂ ਨੂੰ ਤੈਸ਼ ਨੈਸ਼ ਕਰੋਗੇ ਤਾਂ ਹਿੰਦੂਆਂ ਦਾ ਵਿਸ਼ਵਾਸ ਡੋਲ ਜਾਏਗਾ ਉਹ ਇਹ ਸੋਚਣਗੇ ਵੀ ਜਿਹੜੇ ਦੇਵਤੇ ਆਪਣੀ ਰੱਖਿਆ ਨਹੀਂ ਕਰ ਸਕੇ ਇਹ ਸਾਡੀ ਕਿਵੇਂ ਕਰਨਗੇ ਫਿਰ ਇਸ ਤਰ੍ਹਾਂ ਜਿਹੜੇ ਕੱਚੇ ਪਿੱਲੇ ਹਿੰਦੂ ਹਨ ਉਹ ਮੁਸਲਮਾਨ ਬਣ ਜਾਣਗੇ ਕਲਮਾ ਬਹਰ ਚਾਹ ਕਰ ਕਹੇ ਕਹਿੰਦੇ ਫਿਰ ਆਪੇ ਕਲਮਾ ਪੜਨਗੇ ਕਾਜੀ ਮੁਲਾਣੇ ਕਹਿੰਦੇ ਆਪਾਂ ਲੋਕਾਂ ਨੂੰ ਕਲਮਾ ਪੜਾਣਾ ਹੈ ਕੁਰਾਨ ਪੜਾਣੀ ਹੈ ਇਸਲਾਮ ਦੇ ਦਾਇਰੇ ਚ ਲਿਆਉਣਾ ਹੈ ਉਹ ਤਾਂ ਹੀ ਆ ਸਕਦੇ ਨੇ ਜੇ ਆਪਾਂ ਹਿੰਦੂਆਂ ਦੇ ਮੰਦਰ ਹਿੰਦੂਆਂ ਦੇ ਧਰਮ ਸਥਾਨ ਤੈਸ਼ ਨੈਸ਼ ਕਰ ਦਈਏ ਇਹ ਮ ਕਾਜੀ ਮੁੱਲਾ ਬਹਾਬਦੀ ਇਸ ਤਰ੍ਹਾਂ ਕਾਜ਼ੀਆਂ ਮੁਲਾਣਿਆਂ ਨੇ ਬੜਾ ਬਾਦ ਕੀਤਾ ਬਾਦਸ਼ਾਹ ਔਰੰਗਜ਼ੇਬ ਦੇ ਕੰਨ ਭਰੇ ਨੇ ਬੜੀ ਅੱਗ ਬਾਲੀ ਹੈ ਔਰੰਗ ਕੋ ਕਰਹਾ ਪਰਮਾਦੀ ਔਰੰਗਜੇਬ ਦਾ ਦਿਮਾਗ ਖਰਾਬ ਕੀਤਾ ਇਹਨਾਂ ਕਾਜ਼ੀਆਂ ਬੁਲਾਣਿਆਂ ਨੇ ਚੜਮਥਰਾ ਤੇ ਜੈਪੁਰ ਗਮਨਿਆ ਫਿਰ ਸਾਧ ਸੰਗਤ ਜੀ ਇਹ ਮਥਰਾ ਤੋਂ ਸਾਰੇ ਮੰਦਰ ਢਾਕੇ ਮਥਰਾ ਦੇ ਵਿੱਚ ਕ੍ਰਿਸ਼ਨ ਜੀ ਦੀ ਜਨਮ ਭੂਮੀ ਜਿਹੜੀ ਮੰਦਰ ਸੀ ਉਹ ਵੀ ਢਾਕੇ ਮਸੀਤ ਬਣਾਉਣ ਦਾ ਹੁਕਮ ਦੇ ਕੇ ਤੇ ਫੌਜਾਂ ਲੈ ਕੇ ਮਥਰਾ ਤੋਂ ਜੈਪੁਰ ਵੱਲ ਨੂੰ ਤੁਰ ਪਿਆ ਔਰੰਗਜੇਬ ਕਾਜ ਬਾਜੀ ਸਾਜੋ ਦਲ ਰਵਨ ਕਹਿੰਦੇ ਹਾਥੀ ਘੋੜੇ ਫੌਜਾਂ ਲਾਓ ਲਸ਼ਕਰ ਬੜਾ ਵੱਡਾ ਔਰੰਗਜ਼ੇਬ ਜਿੱਥੇ ਜਾਂਦਾ ਸੀ ਲੱਖਾਂ ਫੌਜਾਂ ਨਾਲ ਜਾਂਦੀਆਂ ਸੀ ਉਹ ਹਜ਼ਾਰਾਂ ਲੱਖਾਂ ਫੌਜਾਂ ਲੈ ਕੇ ਬਾਦਸ਼ਾਹ ਦਾ ਲਸ਼ਕਰ ਜੈਪੁਰ ਵੱਲ ਮੂੰਹ ਕਰ ਗਿਆ ਹੈ ਘੰਟਨ ਕੇਠਨ ਕਰ ਉਠੰਤੇ ਹਾਥੀ ਘੋੜੇ ਗੜਬਹਿਲਾ ਊਂਠ ਤੇ ਬੜੇ ਵੱਡੇ ਵੱਡੇ ਤੋਪਖਾਨੇ ਨਾਲ ਫੌਜਾਂ ਜਾ ਰਹੀਆਂ ਨੇ ਹਾਥੀਆਂ ਦੇ ਗਲਾਂ ਵਿੱਚ ਪਾਏ ਹੋਏ ਘੰਟਿਆਂ ਦੇ ਟੱਲ ਖੜਕਦੇ ਨੇ ਕੁਦ ਹਤ ਰੰਗ ਹਰੇਖ ਕਰਨਤੇ ਘੋੜੇ ਹਿਣਕਦੇ ਨੇ ਤੇ ਕੁੱਦਦੇ ਨੇ ਤੋਪਨ ਕੀਸ਼ਲਕ ਬਹੁਤ ਛੱਲੀ ਜਾਣ ਬੁਝ ਕੇ ਡਰਾਵਾ ਪਾਣ ਲਈ ਤੋਪਾਂ ਦੀਆਂ ਸ਼ਲਖਾਂ ਚਲਾਉਂਦੇ ਨੇ ਤੋਪਾਂ ਚਲਾਈ ਜਾਂਦੇ ਨੇ ਤਾਂ ਕਿ ਜਿਹੜਾ ਕੋਈ ਨੇੜੇ ਤੇੜੇ ਕੋਈ ਹਿੰਦੂ ਰਾਜਾ ਹੋਵੇ ਕੋਈ ਹਿੰਦੂ ਚੌਧਰੀ ਸਰਦਾਰ ਹੋਵੇ ਡਰ ਜਾਵੇ ਤੇ ਆ ਕੇ ਸਾਨੂੰ ਆਪੇ ਹੀ ਨਜ਼ਰਾਨਾ ਦੇ ਦੇਵੇ ਕਿਓ ਸ਼ਵਦਾ ਆਵਨੀ ਕਲਮਲੀ ਸਾਧ ਸੰਗਤ ਜੀ ਜਦੋਂ ਮਥਰਾ ਸ਼ਹਿਰ ਤੋਂ ਔਰੰਗੇ ਦੀ ਸਵਾਰੀ ਚੱਲੀ ਹੈ ਤਾਂ ਧਰਤੀ ਦਹਿਲ ਗਈ ਹੈ ਇੱਕ ਵਾਰੀ ਤਾਂ ਰਾਜਸਥਾਨ ਤੱਕ ਉਹਦੀ ਧਮਕ ਪੈ ਗਈ ਹੈ ਵੀ ਆ ਬਾਦਸ਼ਾਹ ਔਰੰਗਜੇਬ ਰਾਜਸਥਾਨ ਤੇ ਚੜ ਕੇ ਆ ਰਿਹਾ ਹੈ ਫਰ ਰੇ ਛਟੇ ਨਿਸ਼ਾਨ ਹਜ਼ਾਰਾਂ ਹਜ਼ਾਰਾਂ ਨਿਸ਼ਾਨਾਂ ਦੇ ਫਰ ਲੈ ਛੁੱਟ ਗਏ ਨੇ ਹਵਾ ਦੇ ਚ ਲਹਿਰਾਉਂਦੇ ਨੇ ਚਹ ਕਹ ਦੁੰਦਬ ਅਨਕ ਤੁੰਕਾਰੋ ਤਾਧਾਂ ਦੇ ਵੱਡੇ ਨਗਾਰੇ ਵੱਜ ਰਹੇ ਨੇ ਆਸੂਦਾ ਲਸ਼ਕਰ ਜਸਕੇਰਾ ਬੜਾ ਭਾਰੀ ਲਸ਼ਕਰ ਬੜਾ ਆਸੂਦਾ ਕੀਤਾ ਹੋਇਆ ਤਿਆਰ ਪਰ ਤਿਆਰ ਜੰਗ ਦੇ ਲਈ ਕੋਈ ਢਿੱਲ ਮੱਠ ਨਹੀਂ ਔਰੰਗਜੀਬ ਫੌਜੀ ਇੱਕ ਜਰਨੈਲ ਵੀ ਸੀਗਾ ਜੰਗੀ ਜਨ ਆਪ ਵੀ ਲੜਾਈ ਦੇ ਦਾ ਪੇਚ ਜਾਣਦਾ ਸੀ ਸਾਰੀ ਜਿਹੋਦੀ ਜਿਹੜੀ ਜਵਾਨੀ ਸੀ ਉਹ ਦੱਖਣ ਵਿੱਚ ਲੜਾਈਆਂ ਵਿੱਚ ਲੰਗੀ ਸੀ ਇਸ ਕਰਕੇ ਆਪਣੀ ਫੌਜ ਢਿੱਲ ਨਹੀਂ ਸੀ ਰਹਿਣ ਦਿੰਦਾ ਫੌਜ ਬੜੀ ਤਗੜੀ ਲੈ ਕੇ ਤੁਰ ਪਿਆ ਔਰੰਗਾ ਚਲਤ ਕੁਲਾਹਲ ਉਠਿਆ ਘਨੇਰਾ ਬੜਾ ਕੁਲਾਹਲ ਮਚਿਆ ਘੋੜੇ ਹਾਥੀ ਲੱਖਾਂ ਤੁਰੇ ਜਾਂਦੇ ਨੇ ਟੱਲ ਖੜਕਦੇ ਨੇ ਨਗਾਰੇ ਵੱਜਦੇ ਨੇ ਤੋਪਾਂ ਦੀਆਂ ਛਲਖਾਂ ਹੁੰਦੀਆਂ ਨੇ ਘੋੜੇ ਹਿਣਕਦੇ ਨੇ ਇਹ ਬਾਦਸ਼ਾਹ ਸਲਾਮਤ ਦੀ ਸਵਾਰੀ ਆ ਰਹੀ ਹੈ ਕਈ ਕਈ ਮੀਲ 50 50 ਮੀਲ ਅੱਗੇ ਫੌਜਾਂ ਨੇ ਤੇ ਪਿੱਛੇ ਫੌਜਾਂ ਨੇ ਐਡਾ ਵੱਡਾ ਲਸ਼ਕਰ ਜਾ ਰਿਹਾ ਹੈ ਕੋਈ ਛੋਟੀ ਮੋਟੀ ਫੌਜ ਨਹੀਂ ਜਾ ਰਹੀ ਬਾਦਸ਼ਾਹ ਔਰੰਗਜ਼ੇਬ ਦੀ ਫੌਜ ਜਾਂਦੀ ਹੈ 50 50 ਮੀਲ ਪਿੱਛੇ ਫੌਜਾਂ ਤੁਰੀਆਂ ਹੁੰਦੀਆਂ 50 50 ਮੀਲ ਅੱਗੇ ਤੁਰੀਆਂ ਜਾਂਦੀਆਂ ਇੰਨੀ ਇੰਨੀ ਵੱਡੀ ਔਰ ਲੰਮੀ ਕਤਾਰ ਜਾਂਦੀ ਹੈ ਜੜਤ ਸਪਾਟ ਚਮਕੰਤੇ ਕਹਿੰਦੇ ਸੂਰਮਿਆਂ ਨੇ ਬੜੇ ਬੜੇ ਸੁੰਦਰ ਸ਼ਸਤਰ ਬਸਤਰ ਪਹਿਨੇ ਹੋਏ ਗਹਿਣੇ ਪਹਿਨੇ ਹੋਏ ਹਨ ਰੰਗ ਰੰਗ ਕੇ ਬਸਤਰ ਸੁਪੰਤ ਰੰਗ ਰੰਗ ਦੇ ਬਸਤਰ ਕਿਸੇ ਫੌਜ ਦੇ ਟੁਕੜੀ ਦੇ ਹਰੇ ਬਸਤਰ ਕਿਸੇ ਦੇ ਲਾਲ ਬਸਤਰ ਕਿਸੇ ਦੇ ਨੀਲੇ ਪੀਲੇ ਕਿਸੇ ਦੇ ਕਿਸੇ ਤਰ੍ਹਾਂ ਦੇ ਕਿਤੇ ਕਾਲੀ ਵਰਦੀ ਵੱਖਰੀ ਵੱਖਰੀ ਕਿਸਮ ਦੀਆਂ ਫੌਜਾਂ ਕਿਉਂਕਿ ਇਹਨਾਂ ਦੇ ਵੱਖਰੇ ਵੱਖਰੀ ਡਿਊਟੀਆਂ ਹੁੰਦੀਆਂ ਆ ਕੰਮ ਤੁਸੀਂ ਕਰਨਾ ਤੋਪਖਾਨੇ ਵਾਲਿਆਂ ਦੀ ਵਰਦੀ ਵੱਖਰੀ ਘੋੜਸਵਾਰਾਂ ਦੀ ਵੱਖਰੀ ਪੈਦਲ ਵਾਲਿਆਂ ਦੀ ਵੱਖਰੀ ਤੇ ਊਂਠਾਂ ਦੇ ਸਵਾਰ ਹੋ ਕੇ ਰਾਜਸਥਾਨ ਤੇ ਜਿਹੜੇ ਜਾਣਦੇ ਨੇ ਉਹਨਾਂ ਦੀ ਵੱਖਰੀ ਹਾਥੀਆਂ ਦੇ ਜਿਹੜੇ ਸਵਾਰ ਹੁੰਦੇ ਉਹਨਾਂ ਦੀ ਵੱਖਰੀ ਹੈ ਤਰਾਸ ਪਾਇ ਰਿਪ ਰਹੇ ਨਾ ਕੋਈ ਉਹਦਾ ਬਾਦਸ਼ਾਹ ਦਾ ਇੰਨਾ ਦਬਦਬਾ ਹੈ ਹਿੰਦੁਸਤਾਨ ਦੇ ਬਾਦਸ਼ਾਹ ਦਾ ਇੰਨਾ ਡਰ ਹੈ ਵੀ ਕੋਈ ਸਾਹਮਣੇ ਕੁਸਕ ਨਹੀਂ ਸਕਦਾ ਹਰੰਗਜੀਤ ਬਾਦਸ਼ਾਹ ਦੇ ਸਾਹਮਣੇ ਸਾਧ ਸੰਗਤ ਜੀ ਦੁਨੀਆਂ ਦੀ ਕੋਈ ਤਾਕਤ ਮਾਰਦਾ ਜੀ ਸਿਰ ਚੁੱਕ ਜਾ ਮਜਾਲ ਸੀ ਕਿਸੇ ਦੀ ਚੀਨ ਦਾ ਬਾਦਸ਼ਾਹ ਵੀ ਉਸ ਤੋਂ ਡਰਦਾ ਸੀ ਤੇ ਅਰਬ ਦਾ ਬਾਦਸ਼ਾਹ ਵੀ ਉਸ ਤੋਂ ਡਰਦਾ ਸੀ ਕਾਬਲ ਤੋਂ ਲੈ ਕੇ ਬੰਗਲਾਦੇਸ਼ ਤੱਕ ਉਹਦਾ ਰਾਜ ਸੀ ਕੋਈ ਚਿੜੀ ਵੀ ਪਰ ਨਹੀਂ ਸੀ ਮਾਰ ਸਕਦੀ ਉਹਦੇ ਹੁਕਮ ਤੋਂ ਬਿਨਾ ਪਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਪਾਤਸ਼ਾਹ ਬਾਜਾਂ ਵਾਲੀ ਸਰਕਾਰ ਨੇ ਜੜਾ ਪੁੱਟ ਕੇ ਰੱਖ ਦਿੱਤੀਆਂ ਔਰੰਗਜ਼ੇਬ ਦੀਆਂ ਨਾਮੋ ਨਿਸ਼ਾਨ ਮਿਟਾ ਕੇ ਰੱਖ ਦਿੱਤਾ ਇਹ ਸਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਸ਼ਹੀਦਾ ਸਿੰਘਾਂ ਦੇ ਖੂਨ ਦਾ ਅਸਰ ਹੈ ਕਿ ਅੱਜ ਔਰੰਗੇ ਦੀ ਕਬਰ ਤੇ ਕੋਈ ਦੀਵਾ ਬਾਲਣ ਵਾਲਾ ਨਹੀਂ ਤੇ ਸ਼ਹੀਦਾਂ ਦੀ ਚਿਤਾਵਾਂ ਤੇ ਲੱਗੇਗੇ ਹਰ ਬਰਸ ਮੇਲੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਹਨਾਂ ਦੇ ਦਰਬਾਰ ਫਤਿਹਗੜ੍ਹ ਸਾਹਿਬ ਜਾ ਕੇ ਦੇਖੋ ਰੌਣਕਾਂ ਕਿੰਨੀਆਂ ਚਮਕੌਰ ਸਾਹਿਬ ਕਿੰਨੀਆਂ ਬਰਕਤਾਂ ਹਜ਼ੂਰ ਸਾਹਿਬ ਕਿੰਨੀਆਂ ਬਰਕਤਾਂ ਸੀਸਗੰਜ ਸਾਹਿਬ ਦਿੱਲੀ ਕਿੰਨੀਆਂ ਬਰਕਤਾਂ ਇਹ ਸ਼ਹੀਦਾਂ ਦੀਆਂ ਕੁਰਬਾਨੀਆਂ ਸੋ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਿਨਾਂ ਔਰੰਗੇ ਨੂੰ ਕਿਸੇ ਨੇ ਨੱਥ ਨਹੀਂ ਪਾਈ ਔਰੰਗਾ ਚੜਿਆ ਰਾਜਸਥਾਨ ਦੀ ਧਰਤੀ ਦਹਿਲ ਗਈ ਹੈ ਔਰੰਗ ਦੇ ਅਨਸਾਰੇ ਹੋਈ ਜਿਹੜਾ ਵੀ ਰਸਤੇ 'ਚ ਕੋਈ ਚੌਧਰੀ ਕੋਈ ਸਰਦਾਰ ਕੋਈ ਰਾਜਾ ਕੋਈ ਮਹਾਰਾਜਾ ਹੱਥ ਜੋੜ ਕੇ ਖੜ ਜਾਂਦੇ ਬਾਦਸ਼ਾਹ ਆ ਰਿਹਾ ਔਰੰਗਜੇਬ ਆ ਰਿਹਾ ਹੈ ਪੰਥ ਉਲੰਘਨ ਕਰਿਓ ਕਰਮ ਕਰਮ ਸਾਰਾ ਪੈੰਡਾ ਤੈ ਕਰਕੇ ਪਹੁੰਚੋ ਜੈਪੁਰ ਨਗਰ ਨੇ ਹਰਿਓ ਤੇ ਜਾ ਕੇ ਜੈਪੁਰ ਨਗਰ ਵੇਖਿਆ ਇਨਾਂ ਨੇ ਜੈਪੁਰ ਜਾਓ ਔਰੰਗੇ ਨੇ ਡੇਰੇ ਲਾਏ ਨੇ ਥਾਨ ਥਾਨ ਚਾ ਠਾਕੁਰ ਦਵਾਰੇ ਥਾਂ ਥਾਂ ਤੇ ਮੰਦਰ ਬਣੇ ਹੋਏ ਬੜੇ ਬੜੇ ਉੱਚੇ 100 100 ਫੁੱਟ ਉੱਚੇ 2 200 ਫੁੱਟ ਉੱਚੇ ਗੁੰਬਜ ਦੂਰੋਂ ਦੇਖਿਆ ਪਤਾ ਲੱਗਦਾ ਆਲੀਸ਼ਾਨ ਮੰਦਰ ਜੈਪੁਰ ਦੇ ਵਿੱਚ ਦੇਖੇ ਹਨ ਔਰੰਗੇ ਨੇ ਜਿਨ ਮੇ ਤਮਾ ਸ਼ੋਭਤ ਸਾਰੇ ਸਾਰਿਆਂ ਮੰਦਰਾਂ ਚ ਭਗਵਾਨ ਦੀਆਂ ਮੂਰਤੀਆਂ ਸੁਭਾਏਮਾਨ ਹੋ ਰਹੀਆਂ ਨੇ ਰੰਗ ਰੰਗ ਕੀ ਬਣੀ ਪਟਾਕਾ ਰੰਗ ਰੰਗ ਦੀਆਂ ਝੰਡੀਆਂ ਮੰਦਰਾਂ ਤੇ ਝੂਲਦੀਆਂ ਨੇ ਕਿਤੇ ਲਾਲ ਰੰਗ ਦੇ ਝੰਡੇ ਨੇ ਕਿਤੇ ਕੇਸਰੀ ਰੰਗ ਦੇ ਝੰਡੇ ਨੇ ਤੇ ਦੇਵੀ ਦੇ ਮੰਦਰ ਵੱਖਰੇ ਨੇ ਔਰ ਰਾਮਚੰਦਰ ਜੀ ਦੇ ਵੱਖਰੇ ਨੇ ਕ੍ਰਿਸ਼ਨ ਜੀ ਦੇ ਵੱਖਰੇ ਨੇ ਇਸੇ ਤਰ੍ਹਾਂ ਸਾਰੇ ਦੇਵੀ ਦੇਵਤਿਆਂ ਦੇ ਬੜੇ ਆਲੀਸ਼ਾਨ ਸੁੰਦਰ ਮੰਦਰ ਕੋਈ ਕਿਸੇ ਮੁਹੱਲੇ ਵਿੱਚ ਹੈ ਕੋਈ ਕਿਸੇ ਮੁਹੱਲੇ ਵਿੱਚ ਹੈ ਜੈਪੁਰ ਦੀ ਧਰਤੀ ਬਹੁਤ ਸੁੰਦਰ ਹੈ ਅੱਜ ਕੱਲ ਉਹਨੂੰ ਪਿੰਕ ਸਿਟੀ ਕਹਿੰਦੇ ਐ ਜਾ ਕੇ ਦੇਖੋ ਬੜੀਆਂ ਆਲੀਸ਼ਾਨ ਇਮਾਰਤਾਂ ਉੱਥੇ ਹੁਣ ਵੀ ਮੌਜੂਦ ਨੇ ਇੰਟਰਨੈਟ ਦੇ ਉੱਤੇ ਵੀ ਤੁਸੀਂ ਜੈਪੁਰ ਸਰਚ ਕਰਕੇ ਦੇਖ ਸਕਦੇ ਹੋ ਜੈਪੁਰ ਫੋਰਟ ਉੱਥੋਂ ਦਾ ਹਵਾ ਮਹਿਲ ਕਾਫੀ ਕੁਝ ਹੈ ਸੋ ਰਹੋ ਵਿਚਾਰ ਐਡਾ ਅਲੀਸ਼ਾਨ ਸੁੰਦਰ ਜੈਪੁਰ ਸ਼ਹਿਰ ਹਿੰਦੂਆਂ ਦਾ ਗੜ੍ਹ ਤੇ ਮੰਦਰ ਬੜੇ ਆਲੀਸ਼ਾਨ ਬਣੇ ਹੋਏ ਦੇਖੇ ਔਰੰਗੇ ਨੇ ਸਭ ਮੰਦਰ ਪਰ ਠੱਠ ਛਠ ਜਾਕਾ ਕਹਿੰਦੇ ਉਹਨਾਂ ਮੰਦਰਾਂ ਦੇ ਉੱਤੇ ਰੰਗ ਰੰਗ ਦੇ ਝੰਡੇ ਝੂਲਦੇ ਉਹਨਾਂ ਵਿੱਚ ਬੜੇ ਵਧੀਆ ਵਧੀਆ ਸੁੰਦਰ ਟੱਲ ਖੜਕਦੇ ਨਗਾਰੇ ਵੱਜਦੇ ਪੂਜਾ ਹੋ ਰਹੀ ਹੈ ਆਰਤੀਆਂ ਹੋ ਰਹੀਆਂ ਨੇ ਕੀਰਤਨ ਹੋ ਰਿਹਾ ਹੈ ਸੰਖੇ ਸ਼ਬਦ ਉਠਾਂਤੇ ਸੰਖਾਂ ਦੇ ਸ਼ਬਦ ਉਠਾਂਤੇ ਸੰਖ ਵਜਦੇ ਨੇ ਤੇ ਕੜਿਆਲਾ ਵਜਦੀਆਂ ਨੇ ਬਹੁਤ ਪ੍ਰਕਾਰ ਦੇ ਵਾਜੇ ਗਾਜੇ ਹਿੰਦੂ ਵਜਾ ਕੇ ਭਗਵਾਨ ਦੀ ਮੂਰਤੀ ਕਰਦੀ ਪੂਜਾ ਕਰਦੇ ਨੇ ਗਾਇ ਬਿਸ਼ਨ ਪਦ ਹਰਖ ਕਰਨਤੇ ਬਿਸ਼ਨ ਪਦੇ ਗਾਉਂਦੇ ਨੇ ਸਵਈਏ ਪੜ੍ਹਦੇ ਨੇ ਗਵਿੱਤ ਗਾਉਂਦੇ ਨੇ ਬڑے بڑے ਚੰਦ ਆਬੰਦੀ ਦੇ ਅਲੰਕਾਰਾਂ ਦੇ ਸਹਿਤ ਵਿਦਵਾਨ ਕਥਾ ਕਰਦੇ ਨੇ ਪੁਰੀ ਨਿਕਟ ਹੋਇ ਡੇਰਾ ਕੀ ਨਸ ਉਸ ਜੈਪੁਰ ਦੇ ਆਲੇ ਦਿਵਾਲੇ ਘੇਰਾ ਘੱਤ ਕੇ ਉਹਦੇ ਨੇੜੇ ਜਾ ਕੇ ਔਰੰਗੇ ਨੇ ਡੇਰਾ ਲਾ ਲਿਆ ਛੌਨੀ ਪਾ ਲਈ ਬਖ ਸਮਾਜ ਕੋ ਰਿਸਮਨ ਪੀ ਨਸ ਹਿੰਦੂਆਂ ਦੀ ਚੜ੍ਹਦੀ ਕਲਾ ਵੇਖ ਕੇ ਹਿੰਦੂਆਂ ਦਾ ਜਾਹੋ ਜਲਾਲ ਵੇਖ ਕੇ ਔਰੰਗੇ ਦਾ ਕਾਲਜਾ ਸੜ ਗਿਆ ਅੱਗ ਲੱਗ ਗਈ ਉਹਨੂੰ ਤਿੰਨੇ ਕੱਪੜੀ ਕਹਿੰਦਾ ਇਹਨਾਂ ਕਾਫਰਾਂ ਨੂੰ ਮੈਂ ਸਜ਼ਾ ਦੇਵਾਂਗਾ ਇਹਨਾਂ ਦੇ ਮੰਦਰਾਂ ਨੂੰ ਇਹਨਾਂ ਦੇ ਸਥਾਨਾਂ ਨੂੰ ਮੈਂ ਤਹਿਸ਼ ਨਹਿਸ਼ ਕਰ ਦੇਵਾਂਗਾ ਬੁੱਤ ਕਉ ਪੂਜਤ ਹਿੰਦ ਅਜਾਨਾ ਕਹਿੰਦੇ ਅਨਜਾਨ ਮੂਰਤੀਆਂ ਨੂੰ ਪੂਜੀ ਜਾਂਦੇ ਨੇ ਬੁੱਤਾਂ ਨੂੰ ਹੀ ਪੂਜੀ ਜਾਂਦੇ ਨੇ ਦੇਖਿਓ ਤਾਂ ਦੰਬ ਸ਼ਕਲ ਹੀ ਥਾਨਾ ਤਾਂ ਤਾਂ ਇਹਨਾਂ ਨੇ ਪਖੰਡ ਰਚਿਆ ਹੋਇਆ ਹੈ ਕਿਆ ਬਾਲਕ ਕਸਮ ਬਾਲਕ ਮਹਾ ਹਾਂ ਕੀ ਇਹ ਬੱਚਿਆਂ ਵਾਲੀ ਲੀਲਾ ਕਰਦੇ ਨੇ ਇਹ ਬਾਲਕ ਨੇ ਨਿਆਣੇ ਨੇ ਜਿਹੜੇ ਇਹਨਾਂ ਨੂੰ ਅਜੇ ਤੱਕ ਪਤਾ ਨਹੀਂ ਵੀ ਅੱਲਾ ਦੀ ਮੂਰਤੀ ਬਣਾ ਨਹੀਂ ਸਕਦੀ ਅੱਲਾ ਨੂੰ ਛੱਡ ਕੇ ਇਹ ਮੂਰਤੀਆਂ ਨੂੰ ਪੱਥਰਾਂ ਨੂੰ ਪੂਜੀ ਜਾਂਦੇ ਨੇ ਖੇਲ ਸਕੇਲਤ ਜਿਉ ਜਹ ਕਹਾ ਜਿਵੇਂ ਥਾਂ ਥਾਂ ਤੇ ਨਿਆਣੇ ਖਿਡ ਆਪਣੇ ਖੇਡ ਦਾ ਸਮਾਨ ਖਿਲਾਰ ਦਿੰਦੇ ਨੇ ਇਹਨਾਂ ਹਿੰਦੂਆਂ ਨੇ ਵੀ ਇਹ ਨਿਆਣਿਆਂ ਵਾਲੀ ਖੇਡ ਬਣਾਈ ਹੋਈ ਹੈ ਅੱਜ ਆਏ ਕੋ ਜਾਨਿਓ ਸਭ ਹਾਂ ਮੈਂ ਆ ਗਿਆ ਇੱਥੇ ਜੈਪੁਰ ਦੇ ਵਿੱਚ ਇਹਨਾਂ ਨੂੰ ਪਤਾ ਸਾਰਿਆਂ ਨੂੰ ਵੀ ਬਾਦਸ਼ਾਹ ਆ ਗਿਆ ਹੈ ਕਾਫਰ ਸੰਖ ਬਚਾਵਤ ਸਭ ਅਬ ਹਾਂ ਅਜੇ ਵੀ ਇਹ ਸੰਖ ਵਜਾਈ ਜਾਂਦੇ ਨੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਬਾਦਸ਼ਾਹ ਆਇਆ ਤਾਂ ਘੱਡੋ-ਘੱਡ ਮੇਰੇ ਹੁੰਦਿਆਂ ਤਾਂ ਟੱਲੀਆਂ ਨਾ ਖੜਕਾਣ ਮੇਰੇ ਹੁੰਦਿਆਂ ਦਾ ਇਹ ਸੰਖ ਨਾ ਵਜਾਣ ਮੇਰੇ ਹੁੰਦਿਆਂ ਤੇ ਆਰਤੀ ਨਾ ਕਰਨ ਮੰਦਰਾਂ ਦੇ ਵਿੱਚ ਮਨਹੁ ਬਹੁਤ ਮਿਹਨਤੀ ਲੇਹ ਆਪਣੀਆਂ ਫੌਜਾਂ ਨੂੰ ਹੁਕਮ ਦੇ ਦਿੱਤਾ ਜਾਓ ਭਈ ਸਾਰੇ ਵੱਡੇ ਵੱਡੇ ਅਫਸਰਾਂ ਨੂੰ ਕਹਿੰਦਾ ਮਿਹਨਤੀ ਮਜ਼ਦੂਰਾਂ ਨੂੰ ਕਹੋ ਕਿ ਥੋੜੇ ਫੜ ਲੈਣ ਤੇ ਮੰਦਰਾਂ ਦੀਆਂ ਬਿਲਡਿੰਗਾਂ ਢਾਣੀਆਂ ਸ਼ੁਰੂ ਕਰ ਦਿਓ ਦੇਹ ਦੇਹ ਭੰਗਨ ਕਰ ਦੇਹ ਜੋ ਵੀ ਵੱਡੀਆਂ ਵੱਡੀਆਂ ਮੂਰਤੀਆਂ ਤੇ ਵੱਡੇ ਵੱਡੇ ਮੰਦਰ ਮੇਰੇ ਸਾਹਮਣੇ ਕੱਲ੍ਹ ਦਿਸਣੇ ਨਹੀਂ ਚਾਹੀਦੇ ਕਹਿੰਦਾ ਤੋੜ ਦਿਓ ਸਾਰਿਆਂ ਨੂੰ ਤੈਸ਼ ਨੈਸ਼ ਕਰ ਦਿਓ ਧਰਤੀ ਚ ਮਿੱਟੀ ਚ ਮਿਲਾ ਦਿਓ ਇਹਨਾਂ ਨੂੰ ਦੁਸ਼ਟ ਹਕਮਤੇ ਹੋਇਆ ਸਮੁਦਾਇ ਇਹ ਪਾਪੀ ਔਰੰਗਜ਼ੇਬ ਨੇ ਜੈਪੁਰ ਦੀ ਧਰਤੀ ਤੇ ਜਾ ਕੇ ਇਸ ਤਰ੍ਹਾਂ ਦਾ ਸਖਤ ਹੁਕਮ ਦਿੱਤਾ ਪਵਿੱਤਰ ਮੰਦਰਾਂ ਦੇ ਵਿੱਚ ਜੁੱਤੀਆਂ ਸਮੇਤ ਵੜ ਗਏ ਥੋੜੇ ਫੜ ਲਏ ਤੇ ਮੂਰਤੀਆਂ ਨੂੰ ਭੰਨਣ ਲੱਗ ਪਏ ਤੇ ਚੁੱਕ ਚੁੱਕ ਕੇ ਬਾਹਰ ਸੁੱਟਣ ਲੱਗੇ ਹਨ ਗਮਨੇ ਤੁਰਤ ਲੋਹ ਕਣ ਲਿਆਏ ਲੋਹੇ ਦੇ ਥੋੜੇ ਵੱਡੇ ਵੱਡੇ ਜਿਨ੍ਹਾਂ ਨੂੰ ਕਣ ਕਹਿੰਦੇ ਨੇ ਵਦਾਨ ਵੀ ਕਹਿ ਦਿੰਦੇ ਨੇ ਤੇ ਘਣ ਵੀ ਕਹਿ ਦਿੰਦੇ ਨੇ ਉਹ ਲੋਹੇ ਦੇ ਘਣ 15-15 ਕਿਲੋ 10-10 ਕਿਲੋ ਦੇ ਵੱਡੇ ਭਾਰੇ ਫੜ ਕੇ ਮਜ਼ਦੂਰਾਂ ਨੂੰ ਲਾਤਾ ਤੋੜਨ ਲੱਗੇ ਨੇ ਲੱਗੇ ਬਤਾਰਨ ਮੰਦਰ ਭਾਰੇ بڑے بڑے ਵੱਡੇ ਮੰਦਰਾਂ ਨੂੰ ਤੋੜਨ ਲੱਗੇ ਨੇ ਜੋ ਬੋਲੇ ਗਹਿ ਤਿਸ ਕਮਾਰੇ ਜੇ ਕੋਈ ਅੱਗੋਂ ਬੋਲਦਾ ਵੀ ਨਾ ਬਈ ਸਾਡੇ ਮੰਦਰ ਨਾ ਤੋੜੋ ਫੜ ਕੇ ਉਹਨੂੰ ਮਾਰ ਦਿੰਦੇ ਨੇ ਉਹਨੂੰ ਢਾ ਲੈਂਦੇ ਨੇ ਉਹਨੂੰ ਕੁੱਟਦੇ ਨੇ ਕੋੜੇ ਮਾਰਦੇ ਨੇ ਮਾਰ ਤੋਂ ਡਰਦਾ ਮਾਰਾ ਕੋਈ ਕੁਸਕਦਾ ਵੀ ਨਹੀਂ ਹਿੰਦੂਆਂ ਦੇ ਸਾਹਮਣੇ ਹੀ ਹਿੰਦੂਆਂ ਦੇ ਮੰਦਰ ਤੋੜੇ ਜਾ ਰਹੇ ਨੇ ਦਾਦ ਪਕਾਰ ਕਰ ਹੈ ਜੇ ਕੋ ਜੇ ਕੋਈ ਦਾਦ ਫਰਿਆਦ ਕਰਦਾ ਹੈ ਹਾਲ ਪਹਾਰਿਆਂ ਕਰਦਾ ਹੈ ਕਿ ਭਗਵਾਨ ਦੇ ਮੰਦਰ ਨਾ ਤੋੜੋ ਇਹ ਸਾਡੇ ਪੂਜਾ ਸਥਾਨ ਨੇ ਅਸੀਂ ਤਾਂ ਇਹਨਾਂ ਨੂੰ ਮੰਨਦੇ ਆਂ ਕੋਈ ਨਹੀਂ ਸੁਣਦਾ ਕਹਿ ਹਲੀਜਤ ਕਹਿ ਦਹ ਕਰਸੋ ਬਾਦਸ਼ਾਹ ਦਾ ਹੁਕਮ ਹੈ ਜੇ ਕੋਈ ਫਰਿਆਦ ਕਰੇ ਉਹਨੂੰ ਫੜ ਕੇ ਕੈਦ ਕਰ ਲਓ ਤੇ ਚੱਕੀ ਪਿਸਾਓ ਦੇ ਕੋਲੋਂ ਉਹਨੂੰ ਕੰਮ ਤੇ ਲਾਓ ਜੇ ਕੋਈ ਮੜ ਜਾ ਵੀ ਕੁਸ ਕੇ ਉਹਨੂੰ ਮਾਰ ਸੋਟੋ ਇੰਨਾ ਸਖਤ ਹੁਕਮ ਦਿੱਤਾ ਹੈ ਦੇਖ ਦੇਖ ਤਬ ਚੱਲੇ ਪਲਾਈ ਹਿੰਦੂ ਵਿਚਾਰੇ ਦੇਖ ਦੇ ਕੇ ਦੌੜੇ ਹਨ ਆਪਣੀਆਂ ਜਾਨਾਂ ਸਭ ਨੂੰ ਪਿਆਰੀਆਂ ਹੁੰਦੀਆਂ ਇਕੱਲੇ ਦੁਕੱਲੇ ਕਰ ਕੁਛ ਨਹੀਂ ਸਕਦੇ ਤੋ ਹੁਣ ਜਿੱਥੇ ਜਿੱਥੇ ਮੰਦਰਾਂ ਚ ਇਹ ਬੁਰਛੇ ਵੜ ਗਏ ਨੇ ਉਥੇ ਉਥੇ ਜਾ ਕੇ ਇਹਨਾਂ ਨੇ ਢਾਣਾ ਪੰਨਣਾ ਸ਼ੁਰੂ ਕਰ ਦਿੱਤਾ ਹੈ ਮੰਦਰਾਂ ਨੂੰ ਤੇ ਪੁਜਾਰੀ ਵੀ ਆਪਣਾ ਜਾਨ ਆਪਣੀ ਬਚਾ ਕੇ ਬਾਲ ਬੱਚਾ ਲੈ ਕੇ ਉਥੋਂ ਦੌੜਨ ਦੀ ਕਰਦੇ ਨੇ ਮੇਜ ਜੀਵਨ ਤੇ ਮਰ ਸੰਕਾਈ ਹੁਣ ਤੇ ਬਸ ਸਾਡੀ ਜ਼ਿੰਦਗੀ ਖਤਮ ਹੈ ਹੁਣ ਤੇ ਅਸੀਂ ਮਰ ਗਏ ਆ ਜਾਂ ਮਾਰੇ ਜਾਵਾਂਗੇ ਸਭ ਨੂੰ ਆਪਣੀ ਮੌਤ ਹੀ ਨਜ਼ਰ ਆਉਂਦੀ ਹਿੰਦੂਆਂ ਨੂੰ ਲੱਗੇ ਬਿਦਾਰਨ ਮੰਦਰ ਸਾਰੇ ਤੇ ਔਰੰਗਜ਼ੇਬ ਦੇ ਸਿਪਾਈ ਤੇ ਉਹਦੀ ਫੌਜ ਦੇ ਬੰਦੇ ਤੇ ਮਜ਼ਦੂਰ ਸਭ ਮੰਦਰਾਂ ਨੂੰ ਢਾਣ ਲੱਗੇ ਹੋਏ ਹਨ ਕੇਤ ਕਨਰੇ ਪਟੇਗ ਜਾਏ ਪੁਕਾਰੇ ਜਦੋਂ ਮੰਦਰ ਢਾਣੇ ਸ਼ੁਰੂ ਹੋਏ ਕੁਝ ਪੁਜਾਰੀ ਕੁਝ ਸ਼ਹਿਰ ਦੇ ਸ਼ਰਧਾਲੂ ਕੁਝ ਬੰਦੇ ਸਿਆਣੇ ਰਾਜਾ ਜੈ ਸਿੰਘ ਦੇ ਕੋਲ ਗਏ ਦੌੜ ਕੇ ਔਰੰਗ ਬਾਦੀ ਆਨ ਪਰਿਉ ਹੈ اے ਰਾਜਾ ਜੀ ਔਰੰਗਜੀਬ ਆ ਗਿਆ ਹੈ ਔਰੰਗਜੀਬ ਨੇ ਆ ਕੇ ਆਪਣੇ ਸ਼ਹਿਰ ਦੇ ਮੰਦਰ ਢਾਣੇ ਸ਼ੁਰੂ ਕਰ ਦਿੱਤੇ ਨੇ ਮਹਾ ਉਪਦਰਬ ਨਗਰ ਕਰਿਉ ਹੈ ਬੜਾ ਉਪਦਰਮ ਕੀਤਾ ਹੈ ਸਾਡੇ ਜੈਪੁਰ ਸ਼ਹਿਰ ਨੂੰ ਤਾਂ ਤਬਾਹ ਕਰਨ ਲੱਗਾ ਹੋਇਆ ਹੈ ਭਗਵਾਨ ਦੀਆਂ ਮੂਰਤੀਆਂ ਮੰਦਰਾਂ ਚੋਂ ਚੁੱਕ-ਚੁੱਕ ਕੇ ਗਲੀਆਂ 'ਚ ਸੁੱਟਦਾ ਹੈ ਅਤੇ ਮੰਦਰ ਤੋੜੇ ਜਾ ਰਹੇ ਨੇ ਰਾਜਾ ਜੀ ਕੁਝ ਕਰੋ ਤੁਹਾਡੀ ਰਾਜਿਆਂ ਦੀ ਸਰਕਾਰਾਂ ਦੇ ਨਾਲ ਜਾਣ ਪਛਾਣ ਹੁੰਦੀ ਹੈ ਰਾਜੇ ਹੁੰਦੇ ਹੀ ਇਸ ਕੰਮ ਵਾਸਤੇ ਨੇ ਵੀ ਆਪਣੇ ਦੇਸ਼ ਦੀ ਪਰਜਾ ਆਪਣੇ ਦੇਸ਼ ਦੀ ਪਰਜਾ ਦਾ ਮਾਲ ਧਨ ਧਰਮ ਉਹਦੀ ਰੱਖਿਆ ਕਰਨੀ ਤੇ ਤੁਸੀਂ ਸਾਡੀ ਰੱਖਿਆ ਕਰੋ ਹੁਣ ਢਾਨ ਲਗਸ ਠਾਕੁਰ ਦਵਾਰੇ ਰਾਂਗਜੇਵ ਮੰਦਰਾਂ ਨੂੰ ਢਾਣ ਲੱਗਾ ਹੈ ਠਾਕੁਰ ਦਵਾਰਿਆਂ ਨੂੰ ਢਾ ਰਿਹਾ ਹੈ ਗਹਿ ਪ੍ਰਤਮਾ ਕੇ ਅੰਗ ਬਿਦਾਰੇ ਉਹ ਮੂਰਤੀਆਂ ਦੇ ਅੰਗ ਤੋੜ ਤੋੜ ਕੇ ਸੁੱਟਦਾ ਹੈ ਬੜੀ ਗੰਦੀ ਤਰ੍ਹਾਂ ਬੇਅਦਬੀ ਕਰਦਾ ਹੈ ਨਾਲੀਆਂ 'ਚ ਸੁੱਟਦਾ ਹੈ ਮੂਰਤੀਆਂ ਨੂੰ ਦੁਰਕ ਬਨਾਵਨ ਚਾਹਤ ਸਾਰੇ ਤੇ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਹੈ ਉਧ ਫੜ ਫੜ ਕੇ ਕਹਿੰਦਾ ਵੀ ਉਹਨਾਂ ਨੂੰ ਮੁਸਲਮਾਨ ਬਣਾਉ ਕਈਆਂ ਨੂੰ ਮਾਰ ਦਿੱਤਾ ਹੈ ਕਈਆਂ ਨੂੰ ਕੁੱਟਿਆ ਹੈ ਕਈਆਂ ਨੂੰ ਚੱਕੀ ਪਿਸਾ ਰਿਹਾ ਹੈ ਕਿ ਹਜ਼ਾਰਾਂ ਬੰਦੇ ਉਹਨੇ ਕੈਦ ਕਰ ਲਏ ਹਨ ਮਹਾਰਾਜ ਕੁਝ ਕਰੋ ਤੁਸੀਂ ਰਾਜੇ ਹੋ ਤੁਸੀਂ ਸਾਡੀ ਰੱਖਿਆ ਕਰਨੀ ਹੈ ਸਾਡੇ ਧਰਮ ਦੀ ਰੱਖਿਆ ਕਰਨੀ ਹੈ ਜੋ ਬੋਲ ਤ ਗਹਿ ਕਾਇਦ ਕੇ ਮਾਰੇ ਜਿਹੜਾ ਕੋਈ ਬੋਲਦਾ ਹੈ ਉਹਨੂੰ ਕੈਦ ਕਰ ਲੈਂਦਾ ਔਰੰਗਜੀਬ ਉਹਨੂੰ ਮਾਰਦਾ ਹੈ ਜੇਲਾਂ ਚ ਸਿੱਟ ਦਿੰਦਾ ਹੈ ਸੁਣੀ ਬਾਤ ਜੈ ਸਿੰਘ ਸਵਾਈ ਰਾਜੇ ਜੈ ਸਿੰਘ ਨੇ ਸਵਾਈ ਜੈ ਸਿੰਘ ਨੇ ਜਦੋਂ ਆਪਣੀ ਪਰਜਾ ਦੀ ਆਪਣੇ ਲੋਕਾਂ ਦੀ ਆਪਣੇ ਦੇਸ਼ ਵਾਸੀਆਂ ਦੀ ਇਹ ਗੱਲ ਸੁਣੀ ਹੈ ਪਾਦਰ ਗਿਰ ਬਦੀ ਦਚਤਾਈ ਬੜਾ ਦੁਖੀ ਹੋਇਆ ਕਿਉਂਕਿ ਭਵੇਂ ਉਹ ਰਾਜਾ ਸੀ ਪਰ ਹੈ ਤਾਂ ਹਿੰਦੂ ਸੀ ਉਹਦਾ ਵਿਸ਼ਵਾਸ ਸੀਗਾ ਜੈ ਸਿੰਘ ਦਾ ਕਿ ਗੁਰੂ ਮਹਾਰਾਜ ਸੱਚੇ ਗੁਰੂ 8ਵੇਂ ਪਾਤਸ਼ਾਹ ਜੀ ਮਹਾਰਾਜ ਦਾ ਵੀ ਇਹ ਸੇਵਕ ਬਣਿਆ ਇਹਦੇ ਬੰਗਲੇ ਵਿੱਚ ਹੀ ਤਾਂ ਸਤਿਗੁਰੂ ਰਹੇ ਨੇ ਬੰਗਲਾ ਸਾਹਿਬ ਦਿੱਲੀ ਤੋਂ ਜੈ ਸਿੰਘ ਜਿਹੜਾ ਸੀ ਉਹ ਧਾਰਮਿਕ ਖਿਆਲਾਂ ਦਾ ਬੰਦਾ ਸੀ ਜਦੋਂ ਔਰੰਗਜ਼ੇਬ ਦੀ ਇਹ ਕਰਤੂਤ ਸੁਣੀ ਉਸਨੇ ਅਪਰ ਉਪਾਏ ਨਾ ਕੋਈ ਜਾਨਾ ਬੜਾ ਦੁਖੀ ਹੋਇਆ ਕੋਈ ਉਪਾਅ ਨਹੀਂ ਕੋਈ ਚਾਰਾ ਨਹੀਂ ਫਾਤੀ ਨੂੰ ਫਟਕਣ ਕੀ ਆਖੇ ਕਿੱਥੇ ਔਰੰਗਜ਼ੇਬ ਦੀ ਤਾਕਤ ਕਿੱਥੇ ਮੌਲਿਸ ਰਾਜਾ ਕੀ ਕਰ ਸਕਦਾ ਸੀ ਉਸ ਰਾਜੇ ਨੇ ਵਿਚਾਰ ਕੀਤੀ ਵੀ ਹੁਣ ਕੀ ਕਰੀਏ ਮਿਲ ਬੇ ਕੋ ਮਤ ਨਿਚ ਠਹਿਰਨਾ ਇਸ ਪਾਪੀ ਔਰੰਗਜ਼ੇਬ ਨਾਲ ਲੜ ਕੇ ਤਾਂ ਅਸੀਂ ਜਿੱਤ ਨਹੀਂ ਸਕਦੇ ਸਾਰਿਆਂ ਨੂੰ ਮਾਰ ਦੇਵੇਗਾ ਫੌਜ ਬੜੀ ਐ ਦੀ ਤਾਕਤ ਬੜੀ ਐ ਲੜ ਕੇ ਨਹੀਂ ਅਸੀਂ ਜਿੱਤ ਸਕਦੇ ਚਲੋ ਇਹਨੂੰ ਮਿਲ ਕੇ ਗੱਲਬਾਤ ਕਰੀਏ ਉਸ ਰਾਜਾ ਜੈ ਸਿੰਘ ਨੇ ਔਰੰਗਜ਼ੇਬ ਨੂੰ ਮਿਲਣ ਦੀ ਸੁਲਾਹ ਕਰਨ ਦੀ ਗੱਲ ਸੋਚੀ ਹੈ ਸਭ ਸੱਚ ਵੰਸੋਂ ਮੰਤਰ ਪਕਾਇਓ ਆਪਣੇ ਮੰਤਰੀਆਂ ਦੀ ਮੀਟਿੰਗ ਸੱਦੀ ਸਾਰਾ ਮੰਤਰੀ ਮੰਡਲ ਇਕੱਠਾ ਕੀਤਾ ਸਾਰੇ ਸਲਾਹਕਾਰ ਜਿੰਨੇ ਵੀ ਸਿਆਣੇ ਬੰਦੇ ਸਨ ਉਹਦੀ ਕਚਹਿਰੀ ਚ ਆ ਗਏ ਮਿਲべ ਬਿਨਾਂ ਨਾ ਕਛ ਬਨ ਆਇਓ ਕਹਿਣ ਲੱਗਾ ਦੇਖੋ ਸਾਰੇ ਮੰਤਰੀ ਤੁਸੀਂ ਸਾਰੇ ਪੜ੍ਹੇ ਲਿਖੇ ਵਜ਼ੀਰੋ ਹੁਣ ਦੱਸੋ ਆਪਾਂ ਕੀ ਕਰੀਏ ਆਪਣੇ ਸਿਰ ਤੇ ਮੌਤ ਖੜੀ ਐ ਨਾ ਆਪਾਂ ਜੀਣ ਜੋਗੇ ਆ ਨਾ ਮਰਨ ਜੋਗੇ ਆ ਸਾਡੇ ਧਰਮ ਸਥਾਨਾਂ ਦੀ ਬੇਅਦਵੀ ਕਰ ਰਿਆ ਸਾਡੇ ਸਾਹਮਣੇ ਕਰ ਰਿਆ ਮੰਦਰਾਂ ਦੇ ਵਿੱਚ ਗਊਆਂ ਮਾਰੀਆਂ ਜਾ ਰਹੀਆਂ ਨੇ ਮੂਰਤੀਆਂ ਤੋੜੀਆਂ ਜਾ ਰਹੀਆਂ ਨੇ ਮੰਦਰ ਢਾਏ ਜਾ ਰਹੇ ਨੇ ਪੰਡਤ ਕਤਲ ਕੀਤੇ ਗਏ ਨੇ ਹੋਰ ਤਬਾਹੀ ਹੋਣੀ ਐ ਆਪਾਂ ਕੁਝ ਕਰੀਏ ਕੋਈ ਤਰੀਕਾ ਵੀ ਆਪਾਂ ਜਾ ਕੇ ਰੰਗ ਜੇਪ ਤਾਂ ਮੰਦਰ ਲਾ ਕਰੀਏ ਉਹਨੂੰ ਮਿਲਿਏ ਹੋਰ ਤਾਂ ਹੁਣ ਕੋਈ ਇਚਾਰਾ ਨਹੀਂ ਹੈ ਨਿਕਸਿਓਲੇ ਮਾਨਵ ਪ੍ਰਦਾਨ ਸਾਰੇ ਬੰਦੇ ਕਹਿਣ ਲੱਗੇ ਹਾਂ ਜੀ ਮਿਲਣਾ ਹੀ ਚਾਹੀਦਾ ਹੋਰ ਹੁਣ ਕੋਈ ਇਚਾਰਾ ਨਹੀਂ ਸ਼ਾਮ-ਦਾਮ ਦੰਡ ਭੇਦ ਨੀਤੀ ਦੇ ਚਾਰ ਰੰਗ ਨੇ ਸ਼ਾਮ-ਦਾਮ ਕਰ ਲਓ ਤੇ ਆਪਣੇ ਨਾਲ ਸਾਧ ਸੰਗਤ ਜੀ ਬਹੁਤ ਸਾਰੇ ਪ੍ਰਧਾਨ ਬੰਦਿਆਂ ਨੂੰ ਲੈ ਕੇ ਬਹੁਤ ਉਪਾਇਨ ਲੀਨਸਪਾਨ ਬਹੁਤ ਸਾਰੀਆਂ ਭੇਟਾਵਾਂ ਲੈ ਕੇ ਮੁਕਤਾ ਹੀਰਣ ਕੇ ਸਮਦਾਏ ਹੀਰੇ ਮੋਤੀ ਬਹੁਤ ਸਾਰੇ ਵਧੀਆ ਵਧੀਆ ਚੁੱਕ ਕੇ ਲਈ ਬਹੁਤ ਮੋਹਰ ਹੈ ਉਚਵਾਏ ਔਰ ਮੋਹਰਾਂ ਦੀਆਂ ਥੈਲੀਆਂ ਚੁਕਵਾ ਲਈਆਂ ਤੋਏ ਮਤਾਂਗੇ ਕੰਚਨ ਕੇ ਹੋਦਾ ਤੇ ਦੋ ਹਾਥੀ ਸੋਨੇ ਦੇ ਹੋਦਿਆਂ ਵਾਲੇ ਉਹ ਵੀ ਨਾਲ ਲਏ ਨੇ ਝਾਲਰ دار ਚਲਤੇ ਖੋਦਾ ਤੇ ਝਾਲਰ دار ਸੁੰਦਰ ਉੱਤੇ ਬੜੀ ਸੁਨਹਿਰੀ ਝਾਲਰ ਕਢਾਈ ਵਾਲੀ ਉਹਨਾਂ ਦੇ ਉੱਤੇ ਝੁੱਲ ਪਾਈ ਹੈ ਕਰੇ ਤੁਰੰਗ ਇਕਾਦਸ਼ ਤਿਆਰ ਤੇ 11 ਵਧੀਆ ਨੁਕਰੇ ਘੋੜੇ ਸੁੰਦਰ ਉਹ ਤਿਆਰ ਕੀਤੇ ਨੇ ਰਾਜੇ ਨੇ ਔਰੰਗਜੇਬ ਨੂੰ ਭੇਟਾ ਕਰਨ ਲਈ ਕੇ ਜੀਨ ਅਦਾ ਤੇ ਸੋਨੇ ਦੀਆਂ ਕਾਠੀਆਂ ਉੱਤੇ ਪੁਆਈਆਂ ਨੇ ਚਪਲ ਚਲਾਕ ਚਤਰ ਰਚਚਾਰੂ ਤੇ ਬੜੇ ਸੁੰਦਰ ਚਪਲ ਚੰਚਲ ਘੋੜੇ ਵਧੀਆ ਨਸਲ ਦੇ 11 ਘੋੜੇ ਤਿਆਰ ਕੀਤੇ ਨੇ ਭੇਟਾ ਦੇਣ ਲਈ ਰੰਗੇ ਨੂੰ ਚਮਕਤ ਚਲਤ ਚਾਪ ਬਰਿਆਰ ਜਿਹੜੇ ਤੁਰਦੇ ਸਾਹ ਸੰਗਤ ਜੀ ਮਨ ਮੋਹ ਲੈਂਦੇ ਇਹੋ ਜਿਹੇ ਘੋੜੇ ਹਨ ਚੰਚਲ ਬਲੀ ਪਸ਼ਮੰਬਰ ਬਹੁ ਮੋਹ ਲੈ ਲਏ ਉਹਨਾਂ ਦੇ ਉੱਤੇ ਪਸ਼ਮੀਨੇ ਦੇ ਬਹੁ ਕੀਮਤੀ ਕੱਪੜਿਆਂ ਦੇ ਥਾਨ ਵੀ ਲਏ ਨੇ ਨਾਲ ਤਿਆਰ ਦoare ਨਿਕ ਸਏ ਔਰੰਗਜ਼ੇਬ ਨੂੰ ਮਿਲਣ ਲਈ ਰਾਜਾ ਜੈ ਸਿੰਘ ਤਿਆਰ ਹੋਇਆ ਹੈ ਹੱਥ ਚੋਰ ਹੋਏ ਦੀਨ ਵਿਸਾਲਾ ਤੇ ਬੜੀ ਦੀਨਤਾ ਨਾਲ ਹੱਥ ਜੋੜ ਕੇ ਨਮੋ ਕਰਤ ਤਰ ਹੈ ਤੇ ਚਾਲਾ ਆਪਣੇ ਘਰੋਂ ਹੀ ਨਿਮਰਤਾ ਨਾਲ ਸਿਰ ਝੁਕਾ ਕੇ ਰਾਜਾ ਜੈ ਸਿੰਘ ਤੁਰਿਆ ਸਨਮੁਖ ਗਯੋ ਸਮੀਪ ਖਰੋਵਾ ਜਾ ਕੇ ਰਾਜਾ ਜੈ ਸਿੰਘ ਔਰੰਗੇ ਦੇ ਸਾਹਮਣੇ ਖਲੋ ਗਿਆ ਤੇ ਕੋਲ ਖਲੋ ਗਿਆ ਬੇਨਤੀ ਥਾਨ ਅਦੀਨਾ ਹੋਵਾ ਤੇ ਜਾ ਕੇ ਸਲਾਮ ਕੀਤੀ ਬੇਨਤੀ ਕੀਤੀ ਬਾਦਸ਼ਾਹ ਸਲਾਮਤ ਅਸੀਂ ਤੁਹਾਡੇ ਕੋਲ ਆਏ ਹਾਂ ਤੁਸੀਂ ਇੰਨੀ ਖੇਚਲ ਕਿਉਂ ਕੀਤੀ ਤੁਸੀਂ ਇੰਨੀ ਖੇਚਲ ਕਿਉਂ ਕੀਤੀ ਮਹਾਰਾਜ ਇੰਨੀ ਦੂਰ ਆਇਓ ਚੱਲ ਕੇ ਕਾਰਜ ਅਲਪ ਹਤੋ ਇਸ ਪੁਰੀ ਇਹ ਛੋਟਾ ਜਿਹਾ ਕੰਮ ਸੀਗਾ ਇੰਨੇ ਦੂਰ ਤੁਸੀਂ ਆਏ ਹੋ ਆਪ ਜੇ ਲਿਖ ਪੇਜਿਤ ਪਰਵਾਨਾ ਤੁਸੀਂ ਤਾਂ ਮੈਨੂੰ ਲਿਖ ਕੇ ਹੀ ਭੇਜ ਦਿੰਦੇ ਪਰਵਾਨਾ ਮੈਂ ਚਾਹ ਕਰਤਮ ਰੋ ਇਤ ਥਾਨਾ ਮੈਂ ਇੱਥੇ ਤੁਹਾਡਾ ਨੌਕਰ ਜੋ ਬੈਠਾ ਮੈਂ ਕਾਦੇ ਵਾਸਤੇ ਆ ਇਹ ਕੰਮ ਤੇ ਮੈਂ ਹੀ ਕਰਵਾ ਦੇਣਾ ਸੀ ਜਿਹੜਾ ਤੁਸੀਂ ਇੰਨੇ ਦੂਰ ਕਰਨ ਆਇਓ ਸਭ ਕਾ ਅਰਜ ਕਰ ਦੇ ਤਸਖਾਰੇ ਜੋ ਤੁਸੀਂ ਕਹਿੰਦੇ ਮੈਂ ਇੱਥੇ ਤੁਹਾਡੇ ਹੁਕਮ ਨਾਲ ਕਰ ਦੇਣਾ ਸੀ ਤੇ ਤਹਾਈ ਜੇ ਠਾਕੁਰ ਦਵਾਰੇ ਤੇ ਠਾਕੁਰ ਦਵਾਰੇ ਮੰਦਰ ਮੈਂ ਆਪ ਹੀ ਢਵਾ ਦੇਣੇ ਸੀ ਤੁਸੀਂ ਕਹਿੰਦੇ ਦਾ ਸਹੀ ਤੁਸੀਂ ਕਹਿੰਦੇ ਤੇ ਮੈਂ ਟੋਹਾ ਦਿੰਦਾ ਤੁਸੀਂ ਆਪ ਇੰਨੀ ਦੂਰ ਆਏ ਹੋ ਮਹਾਰਾਜ ਜਿਸ ਪ੍ਰਕਾਰ ਤੁਮਰੇ ਮਨ ਹੋਈ ਸ਼ੈਨਸ਼ਾਹ ਜੋ ਤੁਹਾਡੇ ਮਨ ਵਿੱਚ ਆਈ ਹੈ ਗੱਲ ਉਹ ਮੈਂ ਕਰਤ ਨਾ ਮਿਟ ਹੈ ਕੋਈ ਉਹ ਮੈਂ ਵੀ ਮੰਨਦਾ ਹਾਂ ਮੈਂ ਕਰਨ ਨੂੰ ਤਿਆਰ ਸੀ ਮੈਂ ਕੋਈ ਪਿੱਛੇ ਹਟਣਾ ਸੀ ਕਰ ਦੇਣੇ ਸੀ ਮੈਂ ਉਹਨੇ ਕਹਿਣ ਦਾ ਮਤਲਬ ਉਹ ਗੱਲ ਤਾਂ ਰਾਜਿਆਂ ਮਹਾਰਾਜਿਆਂ ਨੂੰ ਬੜੀ ਤਰੀਕੇ ਨਾਲ ਹੁੰਦੀ ਹੈ ਨਾ ਕਿਵੇਂ ਕਰਨੀ ਹੈ ਸਾਡੇ ਵਰਗੇ ਬੰਦੇ ਨੂੰ ਗੱਲਾਂ ਰਾਜਨੀਤੀ ਦੇ ਢੰਗ ਨਾਲ ਨਹੀਂ ਆਉਂਦੀ ਔਰੰਗਜੀਤ ਦੇ ਨਾਲ ਗੱਲ ਕਰਨੀ ਉਹਨੇ ਉਸੇ ਹਿਸਾਬ ਨਾਲ ਗੱਲ ਕੀਤੀ ਮਹਾਰਾਜ ਤੁਸੀਂ ਇੰਨੀ ਦੂਰ ਮੰਦਰ ਢਵਾਣ ਆਇਓ ਮੈਨੂੰ ਕਹਿ ਦਿੰਦੇ ਮੈਂ ਹੀ ਢਵਾ ਦੇਣਾ ਸੀ ਪਿਕ ਕਰ ਨੌਰੰਗ ਸੁਣ ਕਰ ਬਾਤ ਔਰੰਗਜੀਤ ਵਗੋਂ ਉਦੋਂ ਵੀ ਸਵਾ ਸ਼ੇਰ ਚਲਾਕ ਉਹ ਸਮਝ ਗਿਆ ਵੀ ਇਹ ਚਰਾਕੀ ਨਾਲ ਗੱਲ ਕਰ ਰਿਹਾ ਹੈ ਤੇ ਔਰੰਗਜੇਬ ਬੋਲਿਆ ਬੋਲਿਓ ਮੂਡ ਮਹਾ ਦੁਖਦਾ ਮਹਾ ਦੁਖਦਾਈ ਬਚਨ ਬੋਲਿਆ ਇਸ ਕਾਰਜ ਮਹਿ ਤੁਮਰੋ ਜਕਰ ਕਹਿੰਦੇ ਇਸ ਕੰਮ ਚ ਤੇਰਾ ਕੋਈ ਜ਼ਿਕਰ ਨਹੀਂ ਹੋਣਾ ਚਾਹੀਦਾ ਕਛੂ ਨਹੀਂ ਕਿ ਜੈ ਤੁਮ ਫਿਕਰ ਤੂੰ ਫਿਕਰ ਨਾ ਕਰ ਮੈਂ ਆਪੇ ਢਵਾ ਦੇਵਾਂਗਾ ਇਹ ਕੰਮ ਤੂੰ ਕਰਾ ਨਹੀਂ ਸਕਦਾ ਮੈਨੂੰ ਪਤਾ ਜੇ ਢਵਾਣਾ ਹੁੰਦਾ ਤੂੰ ਤੂੰ ਇੰਨੇ ਮੰਦਰ ਬਣਵਾਉਂਦਾ ਕਿਉਂ ਤੂੰ ਇੰਨੇ ਮੰਦਰ ਬਣਵਾਏ ਹੋਏ ਨੇ ਲੱਖਾਂ ਕਰੋੜਾਂ ਰੁਪਏ ਲਾ ਕੇ ਤੂੰ ਢਵਾਣ ਵਾਸਤੇ ਥੋੜਾ ਬਣਾਏ ਨੇ ਇਹ ਮੈਂ ਆਪ ਹੀ ਢਾਵਾਂਗਾ ਤਨ ਆਪਨੇ ਬੈਠੇ ਰਹਾ ਆਪਣੇ ਘਰ ਰਾਮ ਨਾਲ ਬੈਠਾ ਰੋ ਬਿਨ ਹਮਰੀ ਮਰਜ਼ੀ ਕੇ ਮ ਕਹੋ ਇਹ ਸਾਡੀ ਮਰਜ਼ੀ ਦੇ ਉਲਟ ਕੋਈ ਕੰਮ ਨਹੀਂ ਕਹਿਣਾ ਤੂੰ ਚੁੱਪ ਕਰਕੇ ਬੈਠਾ ਰਹਿ ਮੈਂ ਜਿੰਨਾ ਚਿਰ ਇੱਥੇ ਰਹਾ ਮੈਂ ਟਵਾਵਾਂਗਾ ਫਿਰ ਜਦੋਂ ਮੈਂ ਦੇਖਾਂਗਾ ਇਹ ਸਾਰੇ ਟਹਿ ਗਏ ਫਿਰ ਮੈਂ ਜਾਵਾਂਗਾ ਜੋ ਜਗ ਮੈਂ ਚਲ ਰਹੀ ਕੋ ਚਾਲੀ ਇਹ ਜਿਹੜੀ ਦੁਨੀਆ 'ਚ ਹਿੰਦੂਆਂ ਦੀ ਕੋ ਚਾਲ ਜਗਤ ਚੱਲ ਰਹੀ ਹੈ ਮਿਟ ਹੋ ਮੈਂ ਤੇ ਹੋ ਦੰਡ ਬੇਸਾਲੀ ਮੈਂ ਸਾਰੀ ਖਤਮ ਕਰ ਦੇਣੀ ਮੈਂ ਹਿੰਦੂ ਸਾਰੇ ਰਹਿਣ ਨਹੀਂ ਦੇਣੇ ਮੈਂ ਮੰਦਰਾਂ ਦੀ ਪੁੱਤਾਂ ਦੀ ਪੂਜਾ ਬੰਦ ਕਰਾਣੀ ਹੈ ਇਦਾਂ ਔਰੰਗਜ਼ੇਬ ਨੇ ਜਦੋਂ ਜੈ ਸਿੰਘ ਦੀ ਝਾੜ ਝੰਬ ਕੀਤੀ ਰਾਜਾ ਜੈ ਸਿੰਘ ਵਿਚਾਰਾ ਨਾਲੇ ਤੇ ਕੋਲੋਂ 11 ਘੋੜੇ 2 ਹਾਥੀ ਸੋਨਾ ਚਾਂਦੀ ਲੱਖਾਂ ਰੁਪਏ ਦਾ ਸਮਾਨ ਦੇ ਕੇ ਘਰ ਆ ਕੇ ਬਹਿ ਗਿਆ ਸਾਰੇ ਪੰਡਤਾਂ ਪੁਜਾਰੀਆਂ ਨੂੰ ਬੁਲਾ ਕੇ ਕਹਿੰਦਾ ਵੀ ਮੇਰੇ ਵਾਸਤੋਂ ਬਾਹਰ ਹੈ ਕੰਮ ਮੇਰੀ ਕੋਈ ਪੇਸ਼ ਨਹੀਂ ਜਾਂਦੀ ਮੇਰੀ ਔਰੰਗਜ਼ੇਬ ਕੁਝ ਨਹੀਂ ਸੁਣਦਾ ਸੋ ਕੀ ਕਰ ਸਕਦੇ ਐ ਫਾਥੀ ਨੂੰ ਫਟਕਣ ਕੀ ਕਹਿੰਦੀ ਐ ਫਸ ਗਏ ਬਸ ਹੁਣ ਤਾਂ ਕੁੱਟ ਖਾਣੀ ਖਾਣੀ ਸੀ ਤੇ ਸਾਧ ਸੰਗਤ ਜੀ ਹਿੰਦੂ ਧਰਮ ਦੇ ਇਸ ਦੁਰਦਸ਼ਾ ਦਾ ਕਾਰਨ ਉਹ ਰਾਜੇ ਸਨ ਜਿਨ੍ਹਾਂ ਨੇ ਅੱਜ ਤੋਂ ਕੋਈ 7ਵੀਂ 8ਵੀਂ ਸਦੀ ਦੇ ਵਿੱਚ ਆਪਣੇ ਆਪ ਇੱਕ ਆਪਣੇ ਗਵਾਂਢੀ ਰਾਜਿਆਂ ਨੂੰ ਮਰਵਾਉਣ ਵਾਸਤੇ ਮੇਰਾ ਗਵਾਂਢੀ ਮਰ ਜਾਵੇ ਮੈਂ ਰਹਿ ਜਾਵਾਂ ਤੁਰਕਾਂ ਦਾ ਰਸਤਾ ਇਕੱਠੇ ਹੋ ਕੇ ਨਹੀਂ ਸੀ ਰੋਕਿਆ ਜਦੋਂ ਸਾਡੇ ਦੇਸ਼ ਦੇ ਵਿੱਚ ਇਹ ਹਾਲਤ ਹੋ ਗਈ ਸੀ ਵੀ ਆਪਣੇਆਂ ਨੂੰ ਹੀ ਮਰਵਾਉਣ ਲੱਗ ਪਏ ਤੇ ਫਿਰ ਆਪ ਵੀ ਮਰੇ ਸਨ ਅੱਜ ਸਾਡੀ ਸਿੱਖਾਂ ਦੀ ਵੀ ਇਹ ਹਾਲਤ ਹੈ ਇੱਕ ਸਿੱਖ ਨੂੰ ਕੁੱਟ ਪੈਂਦੀ ਦੂਜਾ ਸ਼ੁਕਰ ਮਨਾਉਂਦਾ ਕਹਿੰਦਾ ਚੰਗਾ ਹੋਇਆ ਇਹਦਾ ਜਲੂਸ ਨਿਕਲਿਆ ਇਹਨੂੰ ਕੁੱਟ ਪਈ ਹੈ ਤੇ ਜਿਹੜੀ ਘਰ ਦੂਜੇ ਦੇ ਅੱਗ ਲੱਗੀ ਆਪਣੀ ਵੀ ਆਉਣੀ ਆਉਣੀ ਹੈ ਇਹ ਨਾ ਸਮਝੋ ਪਰੋਸੀ ਕੇ ਜੋ ਹੂਆ ਤੂੰ ਆਪਣੇ ਵੀ ਜਾਣ ਮਾਰਨੇ ਬਾਣੀ ਚ ਫੈਸਲਾ ਦਿੱਤਾ ਹੋਇਆ ਸੋ ਇਹ ਹਾਲਤ ਹੋ ਗਈ ਜਦੋਂ ਇਹ ਫਿਰ ਖੇਰੂ ਖੇਰੂ ਹੋ ਗਏ ਨਾ ਆਪਸ ਵਿੱਚ ਪਾਟ ਗਏ ਤੇ ਫਿਰ ਬਗਾਨਿਆਂ ਨੇ ਆ ਕੇ ਦੱਬ ਲਿਆ ਇਹਨਾਂ ਨੂੰ ਖੋਹ ਲਿਆ ਸਾਰਾ ਕੁਝ ਇਹਨਾਂ ਕੋਲੋਂ ਜਦੋਂ ਅੰਗਰੇਜ਼ ਆਏ ਨੇ ਉਦੋਂ ਵੀ ਫਿਰ ਇਦਾਂ ਹੀ ਹੋਇਆ ਅੰਗਰੇਜ਼ਾਂ ਨੇ ਸਾਰੀਆਂ ਰਿਆਸਤਾਂ ਤੋਂ ਇਹਨਾਂ ਨੂੰ ਕਰਜ਼ਾਈ ਬਣਾ ਬਣਾ ਕੇ ਹੌਲੇ ਹੌਲੇ ਰਿਆਸਤ ਖੋਹ ਲਈ ਆ 1918 1057 ਦੇ ਗਦਰ ਚ ਰਾਣੀ ਝਾਂਸੀ ਦੇ ਬੜੇ ਸੋਲੇ ਗਾਉਂਦੇ ਨੇ ਤੇ ਉਸ ਤੋਂ ਪਹਿਲਾਂ 8 ਸਾਲ ਪਹਿਲਾਂ ਸਿੱਖਾਂ ਦਾ ਰਾਜ ਤਬਾਹ ਕੀਤਾ ਇਹਨਾਂ ਨੇ 8 ਸਾਲ ਪਹਿਲਾਂ ਸਨ 1849 ਵਿੱਚ ਸਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਬਾਹ ਕਰਕੇ ਲਾਹੌਰ ਤੇ ਅੰਗਰੇਜ਼ਾਂ ਨੇ ਕਬਜ਼ਾ ਕੀਤਾ ਫੌਜ ਕਿਹੜੀ ਸੀ ਅੰਗਰੇਜ਼ਾਂ ਕੋਲ ਅੰਗਰੇਜ਼ ਥੋੜਾ ਸੀਗੇ ਲੜਨਾ ਹੈ ਸਾਰੇ ਪੂਰਬੀਏ ਬਿਹਾਰੀਏ ਸਾਰੇ ਇਕੱਠੇ ਕਰਕੇ ਅੰਗਰੇਜ਼ਾਂ ਨੇ ਆਪਣੀ ਫੌਜ ਚ ਭਰਤੀ ਕੀਤੀ ਲਿਆ ਕੇ ਸਿੱਖਾਂ ਨਾਲ ਲੜਾ ਦਿੱਤੇ ਤੇ ਸਿੱਖ ਸਿੱਖਾਂ ਨੂੰ ਉਹ ਸਿੱਖਾਂ ਦਾ ਰਾਜ ਖਤਮ ਕਰਨ ਦੇ ਵਿੱਚ ਬਿਹਾਰੀਆਂ ਪੂਰਬੀਆਂ ਨੇ ਕੋਈ ਕਸਰ ਥੋੜਾ ਛੱਡੀ ਸਾਰਾ ਜੋਰ ਲਾ ਕੇ ਸਿੱਖਾਂ ਦਾ ਰਾਜ ਖਤਮ ਕਰਵਾਇਆ ਤੇ ਉਹੀ ਘਰ ਜਦੋਂ ਆਪਣੇ ਅੱਗ ਲੱਗੀ ਤੇ ਫਿਰ ਚੀਕਾਂ ਮਾਰਦੇ ਹੁਣ ਗਦਰ ਕਰੀਏ ਹੁਣ ਗਦਰ ਕੀ ਕਰਨਾ ਜਦੋਂ ਆਪਣੇ ਭਰਾ ਮਰਵਾ ਬੈਠੇ ਤੁਸੀਂ ਸੋ ਖਾਲਸਾ ਜੀ ਇਦਾਂ ਦੇਸ਼ ਦੀ ਦੁਰਦਸ਼ਾ ਹੁੰਦੀ ਹੈ ਜਦੋਂ ਆਪਸ 'ਚ ਪਾਟ ਜਾਂਦੇ ਨੇ ਕੋਈ ਕੌਮ ਕੋਈ ਦੇਸ਼ ਕੋਈ ਸੰਪਰਦਾ ਕੋਈ ਬੰਦਾ ਜਦੋਂ ਫੁੱਟ ਦੇ ਸ਼ਿਕਾਰ ਹੋ ਜਾਂਦੇ ਨੇ ਉਦੋਂ ਤੈਸ ਨੈਸ ਹੋ ਜਾਂਦੇ ਨੇ ਇਹ ਹਾਲਤ ਬਣ ਗਈ ਅੱਜ ਸਾਡੀ ਵੀ ਹਾਲਤ ਹੈ ਕਿਸੇ ਜਗ੍ਹਾ ਤੇ ਚਲੇ ਜਾ ਕੋਈ ਵੀ ਸਿੱਖ ਸਰਦਾਰ ਆਪਣੇ ਨਾਲ ਦੇ ਦੀ ਪੱਗ ਲਵਾ ਕੇ ਬੜਾ ਹੀ ਖੁਸ਼ ਹੁੰਦਾ ਉਹ ਕਹਿੰਦਾ ਚੰਗਾ ਹੋਇਆ ਦੀ ਬੇਇੱਜ਼ਤੀ ਹੋਈ ਇਹਦਾ ਜਲੂਸ ਨਿਕਲਿਆ ਤੇ ਉਹੀ ਅੱਗ ਜਦੋਂ ਆਪਣੇ ਘਰ ਲੱਗਦੀ ਫਿਰ ਚੀਕਾਂ ਮਾਰਦੇ ਨੇ ਇਹ ਹੱਜ ਸਿੱਖੀ ਅੱਜ ਇਹ ਹੈ ਆਪਾਂ ਉਦੋਂ ਬਾਹਰੋਂ ਸਿੱਖਾਂ ਅੰਦਰ ਸਾਡੇ ਗੁਰੂ ਦੀ ਮੱਤ ਕੋਈ ਨਹੀਂ ਰਹਿ ਗਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਕਦੀ ਇਹੋ ਜੀ ਦੁਰਦਸ਼ਾ ਕਿਉਂਕਿ ਜੋ ਅਸੀਂ ਕਰ ਰਹੇ ਹਾਂ ਉਹ ਤਾਂ ਫਿਰ ਇਦਾਂ ਹੋਣਾ ਹੀ ਹੈ ਜਿਵੇਂ ਔਰੰਗਜ਼ੇਬ ਨੇ ਹਿੰਦੂਆਂ ਨਾਲ ਕੀਤਾ ਸੀ ਉਹ ਅੱਜ ਸਿੱਖਾਂ ਨਾਲ ਵੀ ਹੋਣਾ ਹੈ ਸਾਰਿਆਂ ਨਾਲ ਹੋਣਾ ਹੈ ਉਹ ਤਾਂ ਕਿਉਂ ਕਿਉਂਕਿ ਅਸੀਂ ਫੁੱਟ ਦੇ ਸ਼ਿਕਾਰ ਆ ਅਸੀਂ ਆਪਣੇ ਮਹਾਪੁਰਸ਼ਾਂ ਅਵਤਾਰਾਂ ਪੀਰਾਂ پیغمبرਾਂ ਗੁਰੂਆਂ ਦੀ ਸਿੱਖਿਆ ਤੋਂ ਮੁਨਕਰ ਹਾਂ ਇਤਨੇ ਬਚਨ ਪ੍ਰਵਾਨ ਕਰਨੇ ਹੇ ਗੋਬੀ